ਦੁਨੀਆਂ ਦੇ ਕਿਸੇ ਦੇਸ਼ 'ਚ ਕੋਈ ਧਰਮ ਦਾ ਬੰਦਾ ਇੱਕ ਥਾਂ 116 crore ਨਹੀਂ ਹਿੰਦੂ ਹੈ ਜੀ, ਗੱਲ ਕਰੋ ਆਖਣ ਖਤਰਾ ਹੈ ਜੀ, ਕਿਵੇਂ ਖਤਰਾ ਹੋ ਸਕਦਾ ਜੀ, ਕਦੇ ਵੀ ਨਹੀਂ ਖਤਰਾ। ਸਿੱਖ ਨੂੰ ਖਤਰਾ ਕੋਈ ਖਤਰਾ ਨਹੀਂ, ਜੈਨੀ ਨੂੰ ਖਤਰਾ ਕੋਈ ਖਤਰਾ ਨਹੀਂ, ਬੋਧੀ ਨੂੰ ਖਤਰਾ ਕੋਈ ਖਤਰਾ ਨਹੀਂ, ਈਸਾਈ ਨੂੰ ਪੁੱਛੋ ਆਖਣ ਸਾਨੂੰ ਵੀ ਖਤਰਾ, ਸਾਨੂੰ ਵੀ ਖਤਰਾ। ਦੁਨੀਆਂ ਦੇ 212 crore ਨੇ, ਗੁਰੂ ਨਾਨਕ ਅਤੇ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੁਨੀਆਂ ਦੇ ਜਿੰਨੇ ਪੀਰ ਪੈਗੰਬਰ ਹੋਏ ਆ ਹਾਂਜੀ, ਕਿਸੇ ਵੀ ਧਰਮ ਦੇ ਠੀਕ ਹੈ, ਉਹਨਾਂ ਤੋਂ ਵੱਧ ਪੜ੍ਹੇ ਲਿਖੇ ਸੀ। ਅੱਛਾ, ਉਹ ਗੱਲ ਵੱਖਰੀ ਹੈ, ਪੰਜਾਬ ਦੇ ਬੰਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਪੜ੍ਹਦੇ ਨਹੀਂ, ਹੁਣ ਅਜੇ ਪੜ੍ਹਦੇ ਨਹੀਂ, ਉਹਨਾਂ ਪੜ੍ਹਦੇ ਨਹੀਂ, ਮੁੱਛ ਨੂੰ ਤਾਂ ਦੇਈ ਜਾਂਦੇ ਆ, ਕੱਲਾ ਮੰਨੇ ਜਾਂਦੇ ਆ ਨਾ, ਬਸ ਮੁੱਛ ਨੂੰ ਤਾਂ ਅਸੀਂ ਬਹਾਦਰ ਹੁੰਦੇ ਹਾਂ, ਅਸੀਂ ਵਿਦਵਾਨ ਬਣੋ, ਮਤਲਬ ਰੱਬ ਨੇ ਬੰਦਾ ਬਣਾਇਆ ਬੰਦੇ ਨੇ ਰੱਬ। ਦੇਖੋ ਮੇਰਾ ਵਿਗਿਆਨ ਤਾਂ ਇਹ ਕਹਿੰਦਾ, ਫਲਸਫਾ ਇਹ ਕਹਿੰਦਾ ਕਿ ਬੰਦੇ ਦਾ, ਬੰਦੇ ਨੇ ਰੱਬ ਦਾ ਕਨਸੈਪਟ ਪੈਦਾ ਕੀਤਾ, ਜਿਵੇਂ ਸੰਸਕ੍ਰਿਤ ਨੂੰ ਅਸੀਂ ਦੇਹ ਭਾਸ਼ਾ ਬਣਾਤੀ, ਬੰਦਾ 5000 ਨਹੀਂ ਬੋਲਣ ਵਾਲਾ, ਕਿਤੇ ਲਾਗੂ ਨਹੀਂ ਹੋਈ, ਪਿਛਲੇ 1000 ਸਾਲ 'ਚ ਰਾਜ ਪੱਧਰ 'ਚ ਬਾਹਰ ਕੱਢਤੀ, ਹੁਣ ਮਰਨ ਕਿਨਾਰੇ ਆ। ਜੇ ਰੱਬ ਦੀ ਭਾਸ਼ਾ ਹੋਵੇ ਤਾਂ ਮਰੇ ਕਾਹਦੇ ਨਾਲ, ਰਾਜ ਦੀ ਭਾਸ਼ਾ ਜਿਉਂਦੀ ਹੁੰਦੀ ਆ, ਰੱਬ ਦੀ ਭਾਸ਼ਾ ਨਹੀਂ ਕੋਈ ਹੁੰਦੀ। ਅੰਗਰੇਜ਼ੀ ਰਾਜ ਦੀ ਭਾਸ਼ਾ ਦੁਨੀਆਂ 'ਚ ਕਿਤੇ ਪਹੁੰਚਾਤੀ ਕਿ ਨਹੀਂ, ਦੁਨੀਆਂ ਕਿੰਨੀ ਹੈ ਜਿਹੜੀ ਰੱਬ ਨੂੰ ਨਹੀਂ ਮੰਨਦੀ। ਸਾਡੇ ਹਿੰਦੂ ਭਾਈਚਾਰਾ 33 crore ਦੇਵਤੇ ਨੂੰ ਮੰਨਦਾ, ਅਤੇ ਜਿਹੜਾ ਵੀ ਕੋਈ ਰੱਬ ਆਖੂਗੇ ਤਾਂ ਫਲਾਣੇ ਵਿਸ਼ਨੂੰ ਦਾ ਅਵਤਾਰ ਹੈ, ਕੋਈ ਬਰਮਾ ਦਾ ਹੈ, ਕੋਈ ਸ਼ਿਵਾਂ ਦਾ ਹੈ, ਕਰੀ ਜਾਂਦੇ ਨਾ। ਹਾਲਾਂਕਿ ਸਾਰੇ ਉਹਨਾਂ ਦੇ ਕੋਲ ਦੇਵਤੇ ਨੇ, 2200 ਦੇਵਤਾ ਮਿਸਰ 'ਚ ਹੈ ਨਾ, ਅਸੀਂ ਵੀ ਲਾ ਲਓ ਵੀ ਜਿੰਨੇ ਅਸੀਂ ਸਿੱਖ ਆਪਣੇ ਆਪ ਨੂੰ ਜਾਤ ਪਾਤ ਨੂੰ ਮੰਨਣ ਵਾਲੇ ਨਹੀਂ ਕਹਿੰਦੇ, ਪਰ ਆਪਾਂ ਮੰਨਦੇ ਹਾਂ ਨਾ, ਬਿਲਕੁਲ ਪੱਕੀ ਤਰ੍ਹਾਂ ਮੰਨਦੇ ਹਾਂ, ਜੋ ਮਰਜ਼ੀ ਝੂਠ ਮਾਰੀ ਜਾਣ ਵੀ ਸਾਡੀ ਗੁਰਬਾਣੀ ਕਹਿੰਦੀ, ਗੁਰਬਾਣੀ ਕਹਿੰਦੀ ਪਰ ਤੁਸੀਂ ਤਾਂ ਨਹੀਂ ਕਰਦੇ। ਹੂੰ, ਇਹ ਤਾਂ ਕਹਿ ਜਾਂਦੇ ਬਾਪੂ ਵੀ ਰੱਬ ਦਾ ਭੈ ਮੰਨਣ ਵਾਲੇ ਬੰਦੇ ਕਹਿੰਦੇ, ਰੱਬ ਦਾ ਭੈ ਮੰਨਣ ਵਾਲੇ ਬੰਦੇ ਵਧੀਆ ਹੁੰਦੇ ਆ। ਨਹੀਂ, ਮੈਂ ਤਾਂ ਜਿਹੜਾ ਬੰਦਾ ਭੈ ਮੰਨਦਾ, ਹਾਂ ਜੇ ਉਹਨੂੰ ਪਤਾ ਲੱਗ ਜੇ ਵੀ ਜੀ ਤੂੰ ਮੈਂ ਭੈ ਮੰਨਦਾ, ਉਹ ਤਾਂ ਹੈ ਹੀ ਨਹੀਂ, ਫਿਰ ਕੀ ਹੋਊ। ਹੁਣ ਆਪੇ ਭਾਰਤੀ ਲਾ ਲਓ, ਜੇ ਮੇਮ ਨਾਲ ਵਿਆਹ ਕਰਾ ਲਈਏ ਤੇ ਮੁੱਛ ਨੂੰ ਤਾ ਦਿੰਦੇ ਆ, ਦਿੰਦੇ ਨਾ, ਤੇ ਜੇ ਅਸੀਂ ਆਪਦੇ ਇੱਥੇ ਕਿਸੇ ਗਰੀਬ ਨਾਲ ਕਰਾ ਲਈਏ ਫਿਰ ਕਹਿੰਦੇ ਦੱਸੋ ਧੱਕੇ ਖਾਂਦਾ ਫਿਰਦਾ, ਹਾਂ ਇਹ ਚੱਲਦਾ ਹੈਗਾ, ਚੱਲਦਾ ਨਾ, ਇਹ ਤਾਂ ਯਾਰ ਅਸੀਂ ਲਾ ਲਓ ਭਾਰਤੀ, ਜਦੋਂ ਮੁਗਲ ਆਏ ਅਸੀਂ ਕੁੜੀਆਂ ਦਿੱਤੀਆਂ ਕਿ ਨਹੀਂ ਮੁਗਲਾਂ ਨੂੰ, ਜਿੰਨੇ ਰਾਜਪੂਤ ਸੀਗੇ ਸਾਰੇ ਨੇ ਧੀਆਂ ਕਿੱਥੇ ਸੀ ਮੁਗਲਾਂ ਦੇ ਘਰਾਂ 'ਚ, ਤੇ ਜਹਾਂਗੀਰ ਕਿਹੜਾ ਸੀ, ਹਿੰਦੂ ਰਾਣੀ ਜੋਧਾਬਾਈ ਦਾ ਮੁੰਡਾ ਸੀ। ਅੱਛਾ, ਹਾਂਜੀ, ਉਹੀ ਜਿਹੜਾ ਹਿੰਦੂ ਰਾਣੀ ਦਾ ਬੱਚਾ ਸੀ ਅਤੇ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ 'ਤੇ ਵੀ ਪਾਉਂਦਾ, ਅਕਬਰ ਨੇ ਨਹੀਂ ਪਾਇਆ, ਅਕਬਰ ਤਾਂ ਰੋਟੀ ਖਾ ਕੇ ਗਿਆ ਲੰਗਰ 'ਚ। ਤੁਸੀਂ ਕਹੀ ਅਕਬਰ ਦਾ ਰਾਜ ਤੁਸੀਂ ਕਹੀ ਬਹੁਤ ਕਿਉਂ ਵਧੀਆ ਸੀ, ਤੁਸੀਂ ਕਹਿੰਦੇ ਦੇਖੋ ਪਹਿਲਾਂ ਇੱਕ ਤਾਂ ਉਹ ਖੇਤੀਬਾੜੀ ਚੱਲ ਪਈ, ਠੀਕ ਹੈ, ਵਪਾਰ ਚੱਲ ਪਿਆ, ਹਿੰਦੁਸਤਾਨ ਦਾ ਵਪਾਰ ਦੁਨੀਆਂ 'ਚ ਨੰਬਰ 1 'ਤੇ ਸੀ ਉਸ ਸਮੇਂ ਔਰ ਕਮਾਲ ਦੀ ਗੱਲ ਹੈ, ਉਸ ਵਪਾਰ ਦੇ ਵਿੱਚ ਜਿਹੜਾ ਬਾਹਰ ਮਾਲ ਭੇਜਦੇ ਸੀ ਉਹ ਆਪਾਂ ਹਿੰਦੂ ਵਪਾਰੀ ਭੇਜਦੇ ਸੀ, ਵਿਚਾਰੇ ਮੁਸਲਮਾਨ ਕੋਈ ਨਹੀਂ ਭੇਜਦੇ ਸੀ, ਮੁਸਲਮਾਨ ਤਾਂ ਕੰਮ ਕਰਨ ਵਾਲੇ ਗਰੀਬ ਰਹੇ ਸੀਗੇ। ਅੱਛਾ, ਅਮੀਰ ਹਿੰਦੂ ਹੀ ਸੀ ਉਸ ਸਮੇਂ, ਹਿੰਦੂ ਸੀ। ਇਹ ਫਿਰ ਇਹ ਵੀ ਮੰਨਿਆ ਜਾਂਦਾ ਵੀ ਕਈ ਰਾਜੇ ਉਸ ਸਮੇਂ ਜਿਹੜੇ ਆ ਉਹ ਆਪਦੇ ਧਰਮ ਦੇ ਕੱਟੜ ਸੀ, ਅਤੇ ਉਹ ਇੰਨਾ ਅਕਬਰ ਕੱਟੜ ਨਹੀਂ ਸੀ ਤੁਹਾਡੇ ਸਾਹਮਣੇ? ਨਾ, ਬਿਲਕੁਲ ਨਹੀਂ ਸੀ, ਹੁਣ ਤਾਂ ਦੀਨ ਇਲਾਹੀ ਚਲਾਤਾ ਸੀ, ਇਸਲਾਮ ਨੂੰ ਵੀ ਨਹੀਂ ਮੰਨਦਾ ਸੀ ਵੇਖੋ। ਅੱਛਾ, ਦੀਨ ਇਲਾਹੀ ਵੀ ਅੱਲਾ ਦਾ ਦੀਨ, ਮੁਲਕ ਨੇ ਮੌਜਾਂ ਕੀਤੀਆਂ ਪਹਿਲੀ ਦਫ਼ਾ ਅਕਬਰ ਦੇ ਰਾਜ ਦੇ ਵਿੱਚ, ਜਿਹੜੇ ਉੱਤਰ ਮੰਨੀਓ ਆਪਣੇ ਦੇ ਹਮਲੇ ਹੁੰਦੇ ਸੀ, ਕਦੇ ਇਰਾਨ ਆ ਗਿਆ, ਕਦੇ ਕੋਈ ਆ ਗਿਆ, ਹਮਲੇ ਬੰਦ ਕਰਾਤੇ ਸੀ ਉਹਨੂੰ, ਜਿਸ ਮਤਲਬ ਕਿ ਗਰੀਬਾਂ ਨੂੰ ਵੀ ਆਪਣਾ ਅਹਿਸਾਸ ਹੋ ਗਿਆ ਵੀ ਅਸੀਂ ਗਰੀਬ ਹਾਂ ਤਾਂ ਕਿਉਂ ਹਾਂ, ਠੀਕ ਹੈ, ਅਸੀਂ ਸ਼ੂਦਰਾਂ ਤਾਂ ਕਿਉਂ ਸ਼ੂਦਰ ਹਾਂ, ਇਹ ਜਿਹੜਾ ਸ਼ੁੱਧ ਬ੍ਰਾਹਮਣਾਂ ਦੇ ਕਿਵੇਂ ਸ਼ੁੱਧ ਹੈ, ਇਹ ਕੁਐਸਚਨ ਉੱਠਣ ਲੱਗ ਗਿਆ ਨਾ, ਇਹਦਾ ਮਤਲਬ ਇਹ ਬੰਦੇ ਦੇ ਵਿਕਾਸ ਦਾ ਇਹ ਹਿੱਸਾ ਹੈ। ਇਹ ਉਦੋਂ ਤੋਂ ਲੈ ਕੇ ਅਤੇ ਹੁਣ ਤੱਕ ਜਿਹੜੇ ਆਪਣੇ ਹੁਣ ਲੋਕਤੰਤਰ ਦੇ ਵਿੱਚ ਜਿਹੜੇ ਆਪਣੇ ਮੰਤਰੀ ਹੈ, ਇਹਨਾਂ ਦੇ ਵਿੱਚ ਤੁਲਨਾ ਕਰਨੀ ਹੋਵੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆਉਂਦਾ, ਸਾਰੇ ਰਾਜ ਆਉਂਦੇ ਆ, ਕਿਹਦਾ ਰਾਜ ਵਧੀਆ ਸੀ? ਅਕਬਰ, ਹਾਂ, ਅਤੇ ਮਹਾਰਾਜਾ ਰਣਜੀਤ ਸਿੰਘ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇਸ ਕਰਕੇ ਵੱਡਾ ਯੋਗਦਾਨ ਹੈ ਕਿ ਪੰਜਾਬ ਨੂੰ ਹਰੇਕ ਬੰਦੇ ਨੇ ਲੁੱਟਿਆ ਅਤੇ ਕੁੱਟਿਆ, ਠੀਕ ਹੈ। ਜਿਹੜਾ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦਿੱਲੀ ਦੇ ਉੱਤੇ ਕਤਲੇਆਮ ਕਰਦਾ ਸੀ, ਮਰਾਠਿਆਂ ਨੂੰ ਲੱਖ ਲੱਖ ਤੋਂ ਵੱਧ ਬੰਦਿਆਂ ਦਾ ਕਤਲੇਆਮ ਹੋਇਆ, ਹਾਂਜੀ, ਲੱਖਾਂ ਦੇ ਵਿੱਚ ਹੀ ਜ਼ਖਮੀ ਹੋਏ, ਅਤੇ ਇੱਧਰ ਨਿੰਗ ਸਿੰਘਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ ਸੀ। ਹਾਲਾਂਕਿ 2 ਘੱਲੂਘਾਰੇ ਵੀ ਹੋਏ, ਜਿਹਦੇ ਛੋਟਾ ਘੱਲੂਘਾਰਾ 12,000 ਤੋਂ ਵੱਧ ਨਿੰਗ ਸਿੰਘ ਮਰੇ, ਠੀਕ ਹੈ, ਵੱਡਾ ਘੱਲੂਘਾਰਾ 33,000 ਤੋਂ ਵੱਧ ਮਰੇ ਮਲੇਰਕੋਟਲੇ ਕੋਲ ਕੋਪਰ ਹੀੜੇ, ਠੀਕ ਹੈ, ਪਰ ਡਰੇ ਨਹੀਂ, ਜਦੋਂ ਪਿੱਛੇ ਮੁੜ ਲੱਗਿਆ ਅਬਦਾਲੀ ਮਗਰ ਪੈ ਗਏ। ਇਹਦਾ ਆਸਤਿਕ ਅਤੇ ਨਾਸਤਿਕ ਦਾ ਰੱਬ ਦਾ ਹੋਣਾ ਜਾਂ ਨਾ ਹੋਣਾ ਇਹਦੇ ਨਾਲ ਕੋਈ ਸੰਬੰਧ ਨਹੀਂ, ਠੀਕ ਹੈ, ਇਹ ਧਾਰਮਿਕ ਬੰਦਿਆਂ ਨੇ ਇਹਦੀ ਦੁਰਵਰਤੋਂ ਕੀਤੀ ਹੈ। ਜਿਹੜੇ ਨਾਸਤਿਕ ਨੇ ਇਹ ਪੱਕੀ ਗੱਲ ਹੈ ਕਿ ਉਹ ਆਸਤਿਕ ਬੰਦਿਆਂ ਨਾਲੋਂ, ਅਖੌਤੀ ਰੱਬ ਦੇ ਮੰਨਣ ਵਾਲੇ ਬੰਦਿਆਂ ਨਾਲੋਂ ਘੱਟ ਪਖੰਡੀ ਹੁੰਦੇ ਆ, ਠੀਕ ਹੈ,
ਘੱਟ ਲੁਟੇਰੇ ਹੁੰਦੇ ਆ, ਘੱਟ ਜ਼ਾਲਮ ਹੁੰਦੇ ਆ। ਕਾਮਰੇਡਾਂ ਨੂੰ ਅਕਸਰ ਕਿਹਾ ਜਾਂਦਾ ਵੀ ਇਹ ਨਾਸਤਕ ਨੇ। ਅਕਸਰ ਕਾਮਰੇਡਾਂ ਦੀ ਤਾਂ ਨਾਸਤਿਕਤਾ ਦਾ ਕੋਈ ਸਿਧਾਂਤ ਹੀ ਨਹੀਂ ਹੈ। ਉਹ ਤਾਂ ਕਹਿੰਦੇ ਵੀ ਮਨੁੱਖੀ ਲੁੱਟ ਸੁੱਟ ਨਹੀਂ ਹੋਣੀ ਚਾਹੀਦੀ। ਠੀਕ ਹੈ, ਕਾਮਰੇਡ ਆ ਜਿਹੜੇ ਉਹਨਾਂ ਦੇ ਕੋਲ ਵੀ ਮਨੁੱਖ ਦੀ ਮਨੁੱਖ ਦੁਆਰਾ ਲੁੱਟ ਕਸੁੱਟ ਨਹੀਂ ਹੋਣੀ ਚਾਹੀਦੀ, ਉਹ ਇੱਥੇ ਖੜੇ। ਅਕਸਰ ਕਹਿੰਦੇ ਨਾ ਭਗਤ ਸਿੰਘ ਨੂੰ ਆਉਣਾ ਹੀ ਪਊ। ਅਕਸਰ ਕਹਿੰਦੇ ਆ ਨਾ, ਲੱਗਦਾ ਭਗਤ ਸਿੰਘ ਨੂੰ ਫੇਰ ਆਉਣਾ ਪਊ। ਇਹਨੂੰ ਪੁੱਛੇ ਤੁਹਾਡੇ ਕੋਲ ਚੱਲਿਆ, ਤੁਸੀਂ ਕੀ ਕਰਦੇ ਹੋ ਭਗਤ ਸਿੰਘ ਦੁਆਰੇ ਤੁਹਾਡੇ ਕੋਲ ਆਵੇ, ਤੁਸੀਂ ਕਰੋ ਜੋ ਕੁਛ ਕਰਨਾ। ਸਮਾਂ ਭਗਤ ਸਿੰਘ ਨੇ ਤਾਂ ਬੜੇ ਦੁੱਖ ਸਹਿ ਕੇ ਤੁਹਾਨੂੰ ਸਾਰਾ ਕੁਛ ਦੱਸਤਾ, ਤੁਸੀਂ ਉਸੇ ਨੂੰ ਲਾਗੂ ਕਰ ਲਓ। ਲੋਕਵਾਈ ਟੀਵੀ ਦੇ ਪੋਡਕਾਸਟ ਨਾਲ ਤੁਸੀਂ ਜੁੜੇ ਹੋ, ਤੀਜਾ ਐਪੀਸੋਡ ਹੈ। ਇਹ ਐਪੀਸੋਡ ਰਹਿਣਾ ਸਾਡਾ ਬਾਪੂ ਬਲਕੌਰ ਜੀ ਨਾਲ। ਸਾਰੇ ਜਾਣਦੇ ਹੋ ਚਾਦਰੇ ਵਾਲੇ ਬਾਪੂ ਨੂੰ, ਲੁਧਿਆਣਾ ਦੇ ਰਹਿਣ ਵਾਲੇ ਆ। ਗੱਲਾਂ ਉਹਨਾਂ ਦੀਆਂ ਤੁਸੀਂ ਬਹੁਤ ਸੁਣੀਆਂ, ਪਰ ਅੱਜ ਕੁਝ ਹੋਰ ਗੱਲਾਂ ਉਹਨਾਂ ਦੇ, ਜਿਵੇਂ ਹੈ ਕਿ ਗੱਲਾਂ ਦਾ ਉਹਨਾਂ ਕੋਲ ਸਮੁੰਦਰ ਆ, ਅਤੇ ਉਹਦੇ ਵਿੱਚੋਂ ਕੁਝ ਨਾ ਕੁਝ ਅਸੀਂ ਜਿਹੜਾ ਲੈਣ ਦੀ ਕੋਸ਼ਿਸ਼ ਕਰਾਂਗੇ, ਸਮੁੰਦਰ ਦੇ ਵਿੱਚੋਂ ਕੁਝ ਕੱਢਣ ਦੀ ਜ਼ਰੂਰਤ ਕੋਸ਼ਿਸ਼ ਕਰਾਂਗੇ। ਬਾਪੂ ਜੀ ਸਾਡੇ ਨੇ, ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ? ਚੜ੍ਹਦੀ ਕਲਾ। ਬਾਪੂ ਜੀ, ਸਭ ਤੋਂ ਪਹਿਲਾਂ ਜਿਹੜਾ ਰੌਲਾ ਚੱਲਦਾ ਰਹਿੰਦਾ ਸੋਸ਼ਲ ਮੀਡੀਆ 'ਤੇ ਵੀ, ਆਪਾਂ ਆਮ ਹੀ ਦੇਣੇ, ਆਪਾਂ ਉਹਦੇ 'ਤੇ ਪਹਿਲਾਂ ਗੱਲ ਉਹ ਤੋਂ ਸ਼ੁਰੂ ਕਰਾਂਗੇ, ਗੱਲਾਂ ਖੁੱਲ੍ਹੀਆਂ ਕਰਨੀਆਂ। ਉਹ ਇਹ ਵੀ ਨਾਸਤਕ ਆਸਤਕ, ਵੈਸੇ ਕਾਮਰੇਡ ਲੈ ਲੈਂਦੇ ਆ, ਪਰ ਕਾਮਰੇਡ ਦੇ ਨਾਲ ਨਾਸਤਕ ਵੀ ਜੁੜ ਜਾਂਦਾ ਵੀ ਰੱਬ ਨੂੰ ਨਾ। ਨਾਸਤਕ ਅਤੇ ਆਸਤਕ, ਹਾਂ, ਦੋਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ? ਦੇਖੋ ਵੇਲਿਆ, ਨਾਸਤਕ ਅਤੇ ਆਸਤਕ, ਪਹਿਲਾਂ ਤਾਂ ਇਹਦਾ ਸ਼ਬਦੀ ਅਰਥ ਹੀ ਗਲਤ ਕਰ ਲਿਆ। ਕਿਵੇਂ? ਹਿੰਦੁਸਤਾਨ ਦੇ ਸੱਭਿਆਚਾਰ ਦੇ ਵਿੱਚ ਕਿਸੇ ਸੱਚ ਨੂੰ ਪਰਖਣ ਦੇ ਦੋ ਤਰੀਕੇ ਨੇ, ਇੱਕ ਹੈਗਾ ਏਤੀ, ਇੱਕ ਹੈਗਾ ਨੀਤੀ। ਏਤੀ ਹੈਗਾ, ਇਹਨੂੰ ਕਹਿੰਦੇ ਆ ਹਾਂ ਪੱਖੀ, ਉਹ ਕਹਿੰਦੇ ਇਹ ਹੋ ਸਕਦਾ, ਇਹ ਹੋ ਸਕਦਾ, ਇਹ ਹੋ ਸਕਦਾ, ਇਹ ਹੋ ਸਕਦਾ, ਏਤੀ। ਅਤੇ ਏਤੀ ਨੂੰ ਮੰਨਣ ਵਾਲਾ ਇਹਨੂੰ ਕਹਿਣਗੇ ਆਸਤਕ। ਠੀਕ ਹੈ। ਇੱਕ ਹੈ ਨੀਤੀ, ਇਹ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ, ਇਹਨੂੰ ਕਹਿੰਦੇ ਨੀਤੀ। ਠੀਕ ਹੈ। ਇਹਨੂੰ ਕਹਿੰਦੇ ਨਾ ਪੱਖੀ ਪਹੁੰਚ ਕਿਸੇ ਸੱਚ ਨੂੰ ਪਰਖਣ ਦੀ, ਜੋ ਪਹੁੰਚਾ ਨੇ ਇਹ ਪੰਜਾਬੀ ਨਹੀਂ, ਇਹ ਹਿੰਦੁਸਤਾਨ ਦੇ ਸੱਭਿਆਚਾਰ ਦੀ ਗੱਲ ਨਹੀਂ, ਫਲਸਫੇ ਦੇ ਵਿੱਚ ਇਹ ਕਹਾਣੀ ਹੈ ਜੀ। ਅਸੀਂ ਇਹਨੂੰ ਰੱਬ ਦੇ ਹੋਣ ਬਾਰੇ ਅਤੇ ਨਾ ਹੋਣ ਬਾਰੇ ਜੋੜ ਲਿਆ। ਠੀਕ ਹੈ। ਵੀ ਰੱਬ ਨੂੰ ਨਹੀਂ ਮੰਨਦਾ ਜੀ, ਦੁਨੀਆ ਕਿੰਨੀ ਹੈ ਜਿਹੜੀ ਰੱਬ ਨੂੰ ਨਹੀਂ ਮੰਨਦੀ? ਸਾਡੇ ਹਿੰਦੂ ਭਾਈਚਾਰਾ 33 ਕਰੋੜ ਦੇਵਤੇ ਨੂੰ ਮੰਨਦਾ, ਅਤੇ ਜਿਹੜਾ ਵੀ ਕੋਈ ਰੱਬ ਆਖੂ, ਇਹ ਤਾਂ ਫਲਾਣੇ ਵਿਸ਼ਨੂੰ ਦਾ ਅਵਤਾਰ ਹੈ, ਕੋਈ ਬਰਮਾ ਦਾ ਹੈ, ਕੋਈ ਸ਼ਿਵਾਂ ਦਾ ਹੈ, ਕਰੀ ਜਾਂਦੇ ਨਾ। ਹਾਲਾਂਕਿ ਸਾਰੇ ਉਹਨਾਂ ਦੇ ਕੋਲ ਦੇਵਤੇ ਨੇ, 2200 ਦੇਵਤਾ ਮਿਸਰ 'ਚ ਹੈ। ਇਹਦਾ ਆਸਤਕ ਅਤੇ ਨਾਸਤਕ ਦਾ, ਰੱਬ ਦਾ ਹੋਣਾ ਜਾਂ ਨਾ ਹੋਣਾ, ਇਹਦੇ ਨਾਲ ਕੋਈ ਸੰਬੰਧ ਨਹੀਂ। ਠੀਕ ਹੈ। ਇਹ ਧਾਰਮਿਕ ਬੰਦਿਆਂ ਨੇ ਇਹਦੀ ਦੁਰਵਰਤੋਂ ਕੀਤੀ ਹੈ। ਠੀਕ ਹੈ। ਕਾਮਰੇਡਾਂ ਨੂੰ ਅਕਸਰ ਕਿਹਾ ਜਾਂਦਾ ਵੀ ਇਹ ਨਾਸਤਕ ਨੇ। ਅਕਸਰ ਕਾਮਰੇਡਾਂ ਦੀ ਤਾਂ ਨਾਸਤਿਕਤਾ ਦਾ ਕੋਈ ਸਿਧਾਂਤ ਹੀ ਨਹੀਂ ਹੈ। ਉਹ ਤਾਂ ਕਹਿੰਦੇ ਵੀ ਮਨੁੱਖੀ ਲੁੱਟ ਸੁੱਟ ਨਹੀਂ ਹੋਣੀ ਚਾਹੀਦੀ। ਠੀਕ ਹੈ। ਕਾਮਰੇਡ ਆ ਜਿਹੜੇ ਉਹਨਾਂ ਦੇ ਕੋਲ ਵੀ ਮਨੁੱਖ ਦੀ ਮਨੁੱਖ ਦੁਆਰਾ ਲੁੱਟ ਕਸੁੱਟ ਨਹੀਂ ਹੋਣੀ ਚਾਹੀਦੀ, ਉਹ ਇੱਥੇ ਖੜੇ ਆ, ਇੱਥੇ ਖੜੇ ਆ। ਉਹ ਆਦੇ ਵੀ ਅਸੀਂ ਰਲ ਕੇ ਸਟੇਟਲੈਸ, ਜਿਹਦੇ 'ਤੇ ਰਾਜ ਦੀ ਚੌਧਰ ਵੀ ਨਾ ਹੋਵੇ। ਠੀਕ ਹੈ। ਅਤੇ ਕਲਾਸਲੈਸ, ਜਿਹਦੇ ਕਿਸੇ ਜਾਤੀ ਜਾਂ ਜਾਤ ਦੀ ਚੌਧਰ ਵੀ ਨਾ ਹੋਵੇ। ਅਸੀਂ ਤਾਂ ਇਹੋ ਜਿਹਾ ਸਮਾਜ ਚਾਹੁੰਦੇ ਹਾਂ, ਹੈ ਕਿਸੇ ਕੋਲ ਸੰਕਲਪ ਕਿਸੇ ਕੋਲ ਨਹੀਂ ਹੈ, ਨਾ ਕਿਸੇ ਧਰਮ ਕੋਲ ਹੈ, ਨਹੀਂ ਤਾਂ ਅਸੀਂ ਜਾਤਾਂ ਪਾਤਾਂ 'ਚ ਵੰਡੇ ਹਾਂ ਨਾ, ਊਚ ਨੀਚ 'ਚ ਵੰਡੇ ਹਾਂ, ਗੋਤਾਂ 'ਚ ਵੰਡੇ ਹਾਂ, ਅਤੇ ਦੂਜੇ ਸਾਰੇ, ਔਰ ਸਾਰਾ ਕੰਮ ਹਰੇਕ ਦੇ ਧਰਮ 'ਚ ਹੈ ਇਹ। ਭਾਵਾਂ ਜਿੰਨਾ ਅਸੀਂ ਵੀ ਲਾ ਲਓ ਵੀ ਜਿੰਨੇ ਅਸੀਂ ਸਿੱਖ ਆਪਣੇ ਆਪ ਨੂੰ ਜਾਤ ਪਾਤ ਨੂੰ ਮੰਨਣ ਵਾਲੇ ਨਹੀਂ ਕਹਿੰਦੇ, ਪਰ ਆਪਾਂ ਮੰਨਦੇ ਹਾਂ ਨਾ, ਬਿਲਕੁਲ ਪੱਕੀ ਤਰ੍ਹਾਂ ਮੰਨਦੇ ਹਾਂ। ਜੋ ਮਰਜ਼ੀ ਝੂਠ ਮਾਰੀ ਜਾਣ ਵੀ ਸਾਡੀ ਗੁਰਬਾਣੀ ਕਹਿੰਦੀ, ਗੁਰਬਾਣੀ ਕਹਿੰਦੀ, ਪਰ ਤੁਸੀਂ ਤਾਂ ਨਹੀਂ ਕਰਦੇ, ਸਿੱਧੀ ਗੱਲ ਹੈ ਨਾ। ਗੁਰਬਾਣੀ ਕਹਿੰਦੀ ਆ ਵੀ ਸਾਰੇ ਅਸੀਂ ਭਾਈ ਇੱਕ ਸਮਾਨ ਹਾਂ ਜੀ, ਪਰ ਤੁਸੀਂ ਤਾਂ ਨਹੀਂ ਹੋਊਗੇ ਇੱਕ ਸਮਾਨ ਜੀ। ਇਸ ਕਰਕੇ ਨਾ ਇਹ ਜਿਹੜੀ ਕਾਮਰੇਡਾਂ ਦੀ ਅਤੇ ਨਾਸਤਿਕਤਾ ਦੀ ਅਤੇ ਆਸਤਿਕ ਬੰਦਿਆਂ ਦੀ ਇਹ ਬਿਨਾਂ ਗੱਲ ਤੋਂ ਕਲੇਸ਼ ਪਾਇਆ। ਹਾਂ, ਜਿਹੜੇ ਨਾਸਤਿਕ ਨੇ, ਇਹ ਪੱਕੀ ਗੱਲ ਹੈ ਕਿ ਉਹ ਆਸਤਿਕ ਬੰਦਿਆਂ ਨਾਲੋਂ, ਅਖੌਤੀ ਰੱਬ ਦੇ ਮੰਨਣ ਵਾਲੇ ਬੰਦਿਆਂ ਨਾਲੋਂ ਘੱਟ ਪਖੰਡੀ ਹੁੰਦੇ ਆ। ਠੀਕ ਹੈ। ਘੱਟ ਲੁਟੇਰੇ ਹੁੰਦੇ ਆ, ਘੱਟ ਜ਼ਾਲਮ ਹੁੰਦੇ ਆ, ਔਰ ਉਹਨਾਂ 'ਚ ਮਨੁੱਖੀ ਜਿਹੜੀ ਜਜ਼ਬਾਤ ਨੇ, ਮਨੁੱਖੀ ਭਾਈਚਾਰੇ ਦੀ ਸਮਝ ਵੱਡੀ ਹੁੰਦੀ ਆ। ਹੁਣ ਇਹ ਤਾਂ ਕਹਿ ਜਾਂਦੇ ਬਾਪੂ ਵੀ ਰੱਬ ਦਾ ਭੈ ਮੰਨਣ ਵਾਲੇ ਬੰਦੇ, ਕਹਿੰਦੇ ਰੱਬ ਦਾ ਭੈ ਮੰਨਣ ਵਾਲੇ ਬੰਦੇ ਵਧੀਆ ਹੁੰਦੇ ਆ। ਨਹੀਂ, ਮੈਂ ਤਾਂ ਜਿਹੜਾ ਬੰਦਾ ਭੈ ਮੰਨਦਾ, ਹਾਂ, ਜੇ ਉਹਨੂੰ ਪਤਾ ਲੱਗ ਜੇ ਵੀ ਜੀ ਤੂੰ ਮੈਂ ਭੈ ਮੰਨਦਾ, ਉਹ ਤਾਂ ਹੈ ਹੀ ਨਹੀਂ, ਫਿਰ ਕੀ ਹੋਊ? ਜੇ ਉਹਦੀ ਸਮਝ ਹੋ ਜੇ, ਭੈ ਨਾ ਹੋਵੇ, ਸਮਝ ਹੋ ਜੇ ਕਿਸੇ ਵੀ ਸਮੱਸਿਆ ਦੀ, ਅਤੇ ਫਿਰ ਉਹ ਰੱਬ ਹੋਵੇ ਭਾਵੇਂ ਨਾ ਹੋਵੇ, ਉਹਦੀ ਸਮਝ ਵੱਡੀ ਹੈ। ਮਨੁੱਖ ਜਾਤੀ ਦੀ ਅਤੇ ਮਨੁੱਖਤਾ ਦੀ ਸਮਝ ਕੰਮ ਕਰਦੀ ਹੈ। ਸਮਝ ਦੇ ਨਾਲ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਦੁਨੀਆ ਚੱਲਦੀ ਹੈ, ਭੈ ਨਾਲ ਨਹੀਂ। ਜੇ ਤੁਸੀਂ ਭੈ ਦਿੰਦੇ ਹੋ ਜਾਂ ਖਾਂਦੇ ਹੋ ਤਾਂ ਖਤਰਨਾਕ ਹੋ।
ਡਰਨਾ ਵੀ ਖਤਰਨਾਕ ਹੈ। ਹਾਂ, ਕਿਸੇ ਨੂੰ ਡਰਾਉਣਾ ਖਤਰਨਾਕ, ਡਰਨਾ ਉਦੋਂ ਖਤਰਨਾਕ, ਉਦੋਂ ਖਤਰਨਾਕ। ਅਤੇ ਜਿਵੇਂ ਆਪਣਾ ਸਿਸਟਮ ਤੁਸੀਂ ਕਿਹਾ ਜਾਤ ਪਾਤ ਦੀ, ਇਹ ਜਿਵੇਂ ਹੁਣ ਕਹਿੰਦੇ ਵੀ ਤਰੱਕੀ ਕਰ ਰਿਹਾ ਸਿਸਟਮ, ਘਟਿਆ ਕਿ ਨਹੀਂ ਘਟਿਆ ਥੋੜ੍ਹਾ? ਨਹੀਂ, ਮਨੁੱਖਤਾ ਤਰੱਕੀ ਕਰ ਰਹੀ ਹੈ। ਹਾਂ, ਜਾਤ ਪਾਤ 'ਤੇ ਸੱਟ ਵੱਜੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂ। ਠੀਕ ਹੈ, ਜਿਸ ਮਤਲਬ ਕਿ ਗਰੀਬਾਂ ਨੂੰ ਵੀ ਆਪਣਾ ਅਹਿਸਾਸ ਹੋ ਗਿਆ ਵੀ ਅਸੀਂ ਗਰੀਬ ਹਾਂ ਤਾਂ ਕਿਉਂ ਹਾਂ, ਠੀਕ ਹੈ, ਅਸੀਂ ਸ਼ੂਦਰਾਂ ਤਾਂ ਕਿਉਂ ਸ਼ੂਦਰਾਂ, ਇਹ ਜਿਹੜਾ ਸ਼ੁੱਧ ਬ੍ਰਾਹਮਣ ਦੇ ਕਿਵੇਂ ਸ਼ੁੱਧ ਹੈ, ਇਹ ਕੁਐਸਚਨ ਉੱਠਣ ਲੱਗ ਗਿਆ ਨਾ। ਇਹਦਾ ਮਤਲਬ ਇਹ ਬੰਦੇ ਦੇ ਵਿਕਾਸ ਦਾ ਇਹ ਹਿੱਸਾ ਹੈ, ਉਹਦੇ ਚਿੰਤਨ ਦਾ ਹਿੱਸਾ ਹੈ, ਉਹਦੀ ਸੋਚ ਦਾ ਵਿਕਾਸ ਹੈ। ਹੁਣ ਇਹ ਸੋਚ ਦਾ ਵਿਕਾਸ ਕਿੱਥੋਂ ਤੱਕ ਲੈ ਕੇ ਜਾਣਾ, ਇਹ ਮਨੁੱਖਤਾ ਦੀ ਪ੍ਰਾਪਤੀ ਹੋਊਗੀ, ਮਨੁੱਖਤਾ ਦੀ ਪ੍ਰਾਪਤੀ ਹੋਊਗੀ। ਅਤੇ ਹੁਣ ਤੁਸੀਂ ਕਹਿੰਦੇ ਵੀ ਇਹ ਤਰ੍ਹਾਂ ਇੱਕ ਇਹ ਵੀ ਗੱਲ ਕਹਿੰਦੇ ਵੀ ਇਹ ਜਿਹੜਾ ਇਹ ਜਾਤ ਪਾਤ, ਚਲੋ ਹੁਣ ਵਿਆਹ ਹੋਣ ਲੱਗੇ ਇੱਕ ਦੂਜੀ ਜਾਤ 'ਚ, ਇਹ ਵੀ ਕਹਿੰਦੇ ਵੀ ਆਰਥਿਕ ਤੌਰ 'ਤੇ ਦੇਖਿਆ ਜਾਂਦਾ ਸਿਸਟਮ, ਜੇ ਆਰਥਿਕ ਨਹੀਂ ਮੇਲ ਤਾਂ ਫਿਰ ਨਹੀਂ ਹੈ। ਨਹੀਂ, ਰੌਲਾ ਤਾਂ ਆਰਥਿਕਤਾ ਦੇ ਸੀ। ਹੁਣ ਜੇ ਕੋਈ ਭਾਈਚਾਰਾ, ਹਾਂ, ਸਾਮਵਾਦੀ, ਹਾਂ ਸਾਮਵਾਦੀ ਕਮਿਊਨਿਜ਼ਮ ਦਾ ਆ ਜਾਵੇ, ਹਾਂ, ਉੱਥੇ ਸਾਰੇ ਇੱਕ ਸਮਾਨ ਹੋ ਜਾਣਗੇ, ਸਾਰਿਆਂ ਨੂੰ ਇੱਕੋ ਜਿਹੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਮਿਲੂਗਾ, ਸਾਰਿਆਂ ਨੂੰ ਸਿਹਤ ਦਾ ਮੌਕਾ ਮਿਲੂਗਾ, ਸਾਰਿਆਂ ਦੇ ਸਿਰ 'ਤੇ ਕੁੱਲੀ ਗੁੱਲੀ ਜੁੱਲੀ ਸਭ ਕੁਛ ਮਿਲੂਗੀ। ਜੁੱਲੀ ਸ਼ਬਦ ਤਾਂ ਵੈਸੇ ਬਹੁਤ ਮਾੜਾ ਹੈ, ਰਹਿਸ਼ ਵਧੀਆ ਰਹਿਣ ਢੰਗ ਹੋਊਗਾ। ਅਤੇ ਉੱਥੇ ਫਿਰ ਜਾਤੀ 'ਚ ਤਾਂ ਸ਼ਬਦ ਖਤਮ ਹੋਜੂ। ਹੁਣ ਆਪਾਂ ਹੀ ਭਾਰਤੀ ਲਾ ਲਓ, ਜੇ ਮੇਮ ਨਾਲ ਵਿਆਹ ਕਰਾ ਲਈਏ ਤਾਂ ਮੁੱਛ ਨੂੰ ਤਾ ਦਿੰਦੇ ਹਾਂ, ਦਿੰਦੇ ਨਾ, ਅਤੇ ਜੇ ਅਸੀਂ ਆਪਦੇ ਇੱਥੇ ਕਿਸੇ ਗਰੀਬ ਨਾਲ ਕਰਾ ਲਈਏ ਫਿਰ ਕਿਹਨੂੰ ਦੱਸੋ ਧੱਕੇ ਖਾਂਦਾ ਫਿਰਦਾ। ਹਾਂ, ਇਹ ਚੱਲਦਾ ਹੈਗਾ, ਚੱਲਦਾ ਨਾ, ਇਹ ਤਾਂ ਯਾਰ ਅਸੀਂ ਲਾ ਲਓ ਭਾਰਤੀ, ਜਦੋਂ ਮੁਗਲ ਆਏ ਅਸੀਂ ਕੁੜੀਆਂ ਦਿੱਤੀਆਂ ਕਿ ਨਹੀਂ ਮੁਗਲਾਂ ਨੂੰ? ਜਿੰਨੇ ਰਾਜਪੂਤ ਸੀਗੇ ਸਾਰਿਆਂ ਦੀਆਂ ਧੀਆਂ ਕਿੱਥੇ ਸੀ? ਮੁਗਲਾਂ ਦੇ ਘਰਾਂ 'ਚ। ਅਤੇ ਜਹਾਂਗੀਰ ਕਿਹੜਾ ਸੀ? ਹਿੰਦੂ ਰਾਣੀ ਜੋਧਾ ਬਾਈ ਦਾ ਮੁੰਡਾ ਸੀ। ਅੱਛਾ, ਹਾਂਜੀ, ਠੀਕ ਹੈ, ਜੋਧਾ ਬਾਈ ਦਾ ਮੁੰਡਾ ਸੀ ਔਰ ਤੁਹਾਡਾ ਸਮਰਾਟ ਸੀ। ਮੈਂ ਕਹਿਣਾ ਵੀ ਤੇਰੇ ਨਾਨਕੇ ਤਾਂ ਉੱਧਰ ਨੇ, ਹੈਂ, ਔਰ ਉਹੀ ਜਿਹੜਾ ਹਿੰਦੂ ਰਾਣੀ ਦਾ ਬੱਚਾ ਸੀ ਅਤੇ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ 'ਤੇ ਵੀ ਪਾਉਂਦਾ, ਅਕਬਰ ਨੇ ਨਹੀਂ ਪਾਇਆ, ਅਕਬਰ ਤਾਂ ਰੋਟੀ ਖਾ ਕੇ ਗਿਆ ਲੰਗਰ 'ਚ, ਖਾ ਕੇ ਗਿਆ ਕਿ ਨਹੀਂ? ਆਪਾਂ ਅਕਬਰ ਦੀ ਗੱਲ ਕਰ ਰਹੇ ਸੀ, ਆਏ ਤੁਸੀਂ, ਤੁਸੀਂ ਕਹਿੰਦੇ ਅਕਬਰ, ਅਕਬਰ ਦਾ ਰਾਜ ਤੁਸੀਂ ਕਹਿੰਦੇ ਬਹੁਤ ਕਿਉਂ ਵਧੀਆ ਸੀ? ਤੁਸੀਂ ਕਹਿੰਦੇ ਦੇਖੋ ਪਹਿਲਾਂ, ਇੱਕ ਤਾਂ ਉਹ ਜਿਹੜਾ ਅਕਬਰ ਦਾ ਰਾਜ ਵੱਡੀ ਗੱਲ ਸੀ ਕਿ ਉਹਨੇ ਸਿਆਸੀ ਤੌਰ 'ਤੇ ਉਸ ਬਹੁਤ ਕਾਇਮ ਕਰ ਲਿਆ ਰਾਜ ਨੂੰ, ਠੀਕ ਹੈ, ਹਿੰਦੁਸਤਾਨ ਦੇ ਸਾਰੇ ਹਿੱਸੇ ਨੂੰ ਉਹਨੇ ਆਪਦੇ ਹਿੱਸੇ 'ਚ ਲੈ ਲਿਆ, ਠੀਕ ਹੈ, ਆਪਣਾ ਉੱਤਰੀ ਭਾਰਤ ਸਾਰਾ, ਠੀਕ ਹੈ, ਪਾਕਿਸਤਾਨ ਸਾਰਾ, ਅਫਗਾਨਿਸਤਾਨ ਉਹਦੇ ਥੱਲੇ, ਠੀਕ ਹੈ, ਠੀਕ ਹੈ ਨਾ। ਫਿਰ ਉਹਦੀਆਂ ਜਿਹੜੀਆਂ ਲੜਾਈਆਂ ਸੀ ਉਹਨੇ ਰੱਬ ਤੇਰਾ ਭਲਾ ਕਰੇ ਦੱਖਣ ਤੱਕ ਗਈਆਂ, ਹਾਲਾਂਕਿ ਦੱਖਣ ਸਾਰਾ ਅਕਬਰ ਦੇ ਥੱਲੇ ਨਹੀਂ ਸੀ, ਠੀਕ ਹੈ, ਹਾਂ, ਪਰੇ ਸੀਗਾ। ਇੱਕ ਤਾਂ ਸਿਆਸੀ ਤੌਰ 'ਤੇ ਰਾਜ ਵੱਡਾ ਸੀ, ਇੱਕ ਸਟੇਬਲ ਸੀ, ਲੁੱਟ ਖਸੁੱਟ ਬੰਦ ਕਰਤੀ, ਖੇਤੀਬਾੜੀ ਚੱਲ ਪਈ, ਠੀਕ ਹੈ, ਵਪਾਰ ਚੱਲ ਪਿਆ, ਹਿੰਦੁਸਤਾਨ ਦਾ ਵਪਾਰ ਦੁਨੀਆਂ 'ਚ ਨੰਬਰ ਇੱਕ 'ਤੇ ਸੀ ਉਸ ਸਮੇਂ, ਉਸ ਸਮੇਂ। ਔਰ ਕਮਾਲ ਦੀ ਗੱਲ ਹੈ, ਉਸ ਵਪਾਰ ਦੇ ਵਿੱਚ ਜਿਹੜਾ ਬਾਹਰ ਮਾਲ ਭੇਜਦੇ ਸੀ ਉਹ ਆਪਾਂ ਹਿੰਦੂ ਵਪਾਰੀ ਭੇਜਦੇ ਸੀ, ਮੁਗਲ ਵਿਚਾਰੇ ਮੁਸਲਮਾਨ ਕੋਈ ਨਹੀਂ ਭੇਜਦੇ ਸੀ, ਮੁਸਲਮਾਨ ਤਾਂ ਕੰਮ ਕਰਨ ਵਾਲੇ ਗਰੀਬ ਰਹੇ ਸੀਗੇ। ਅੱਛਾ, ਅਮੀਰ ਹਿੰਦੂ ਸੀ ਉਸ ਸਮੇਂ? ਹਿੰਦੂ ਸੀ, ਅਰਬਾਂਪਤੀ, ਠੀਕ ਹੈ, ਹਾਂਜੀ, ਮਤਲਬ ਕਾਰ ਰਾਜ ਭਾਵੇਂ ਮੁਗਲ ਦਾ ਸੀ ਅਤੇ ਪਰ ਅਮੀਰ ਹਿੰਦੂ ਸੀ, ਹਿੰਦੂ ਸੀ ਬਕਾਇਦਾ, ਠੀਕ ਹੈ, ਪੈਸਾ ਬੀਰਬਲ ਉਹਦਾ ਵਜ਼ੀਰ ਸੀ ਨੌ ਰਤਨਾਂ 'ਚੋਂ, ਹਾਂ, ਸਭ ਤੋਂ ਵੱਧ ਉਹਦੇ ਨਾਲ ਹੱਸਦਾ ਸੀ, ਸਭ ਤੋਂ ਵੱਧ ਟਿੱਚਰਾਂ ਉਹ ਬੀਰਬਲ ਦੀਆਂ ਸਹਿੰਦਾ ਸੀ, ਠੀਕ ਹੈ, ਤੁਹਾਡੇ ਸਾਹਮਣੇ ਆ। ਇਹ 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 ਫਿਰ ਇਹ ਵੀ ਮੰਨਿਆ ਜਾਂਦਾ ਵੀ ਕਈ ਰਾਜੇ ਉਸ ਸਮੇਂ ਜਿਹੜੇ ਆ ਉਹ ਆਪਦੇ ਧਰਮ ਦੇ ਕੱਟੜ ਸੀ ਅਤੇ ਉਹ ਇੰਨਾ ਅਕਬਰ ਕੱਟੜ ਨਹੀਂ ਸੀ ਤੁਹਾਡੇ ਸਾਹਮਣੇ? ਨਾ ਨਾ, ਬਿਲਕੁਲ ਨਹੀਂ ਸੀ, ਉਹਨੇ ਤਾਂ ਦੀਨ ਇਲਾਹੀ ਚਲਾਤਾ ਸੀ, ਇਸਲਾਮ ਨੂੰ ਵੀ ਨਹੀਂ ਮੰਨਦਾ ਸੀ, ਵੇਖੋ। ਅੱਛਾ, ਦੀਨ ਇਲਾਹੀ ਵੀ ਅੱਲਾ ਦਾ ਦੀਨ। ਅੱਛਾ, ਇਸਲਾਮ ਨੂੰ ਵੀ ਨਹੀਂ ਮੰਨਦਾ? ਹਾਂ, ਇਹਨਾਂ ਤੋਂ ਉੱਤਾ ਉੱਚਾ ਚੜ੍ਹ ਗਿਆ ਸੀ ਉਹ, ਠੀਕ ਹੈ, ਬੰਦਾ ਅੰਗੂਠਾ ਟੇਕ ਸੀ ਨਾਲੇ। ਅੱਛਾ, ਪੜ੍ਹਿਆ ਨਹੀਂ ਸੀ ਵਿਚਾਰਾ? ਠੀਕ ਹੈ, ਨਾ 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 ਨਾ, ਪੜ੍ਹਿਆ ਨਹੀਂ ਸੀ, ਪਰ ਅੰਗੂਠਾ ਟੇਕ ਸੀਗਾ, ਪਰ ਜਿਹੜੀ ਚਿੰਤਨ ਸੀ, ਹਾਂ, ਜਿਹੜੇ ਉਹਦੇ ਐਡਵਾਈਜ਼ਰ ਸੀਗੇ, ਠੀਕ ਹੈ, ਜਿਹੜਾ ਉਹਨੂੰ ਉਪਦੇਸ਼ ਦੇਣ ਵਾਲੇ ਬੰਦੇ ਸੀ, ਜਿਹੜੇ ਸਲਾਹਕਾਰ ਸੀ, ਉਹ ਨੇਕ ਸੀਗੇ, ਉਹ ਨੇਕ ਸੀ, ਉਹਨਾਂ ਕਰਕੇ ਉਹਦਾ ਰਾਜ ਚੜ੍ਹ ਗਿਆ, ਠੀਕ ਹੈ, ਮੌਜਾਂ ਕੀਤੀਆਂ ਮੁਲਕ ਨੇ, ਮੌਜਾਂ ਕੀਤੀਆਂ। ਪਹਿਲੀ ਦਫ਼ਾ ਅਕਬਰ ਦੇ ਰਾਜ ਦੇ ਵਿੱਚ ਜਿਹੜੇ ਉੱਤਰ ਮੁਨੀਓ ਆਪਣੇ 'ਤੇ ਹਮਲੇ ਹੁੰਦੇ ਸੀ, ਕਦੇ ਇਰਾਨ ਆ ਗਿਆ, ਕਦੇ ਕੋਈ ਆ ਗਿਆ, ਹਮਲੇ ਬੰਦ ਕਰਾ ਦਿੱਤੇ ਸੀ, ਉਹਨੇ ਬੰਦ ਹੋ ਗਏ ਸਰ, ਹਾਂਜੀ, ਨਾ ਮੱਧ ਏਸ਼ੀਆ 'ਚੋਂ ਕਿਸੇ ਨੇ ਹਮਲਾ ਕੀਤਾ, ਨਾ ਇਰਾਨ 'ਚੋਂ ਕੀਤਾ। ਜੀ ਉਦੋਂ ਤੋਂ ਲੈ ਕੇ ਅਤੇ ਹੁਣ ਤੱਕ ਜਿਹੜੇ ਆਪਣੇ ਹੁਣ ਲੋਕਤੰਤਰ ਦੇ ਵਿੱਚ ਜਿਹੜੇ ਆਪਣੇ ਮੰਤਰੀ ਹੈ, ਇਹਨਾਂ ਦੇ ਵਿੱਚ ਤੁਲਨਾ ਕਰਨੀ ਹੋਵੇ, ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਆਉਂਦਾ, ਸਾਰੇ ਰਾਜ ਆਉਂਦੇ ਆ, ਕਿਹਦਾ ਰਾਜ ਵਧੀਆ ਸੀ? ਅਕਬਰ, ਹਾਂ, ਅਤੇ ਮਹਾਰਾਜਾ ਰਣਜੀਤ ਸਿੰਘ, ਠੀਕ ਹੈ,
ਮਹਾਰਾਜਾ ਰਣਜੀਤ ਸਿੰਘ ਦੀ ਇਸ ਕਰਕੇ ਵੱਡਾ ਯੋਗਦਾਨ ਹੈ ਕਿ ਪੰਜਾਬ ਨੂੰ ਹਰੇਕ ਬੰਦੇ ਨੇ ਲੁੱਟਿਆ ਅਤੇ ਕੁੱਟਿਆ। ਠੀਕ ਹੈ। ਔਰ ਪੰਜਾਬ ਦੀ ਗਰੀਬ ਕਿਸਾਨੀ ਗਰੀਬ ਕਿਸਾਨੀ ਅਤੇ ਪਛੜੀਆਂ ਸ਼੍ਰੇਣੀਆਂ ਅੰਮ੍ਰਿਤ ਛੱਕ ਕੇ ਗੁਰੂ ਦੇ ਲੜਨ ਲੱਗ ਗਈਆਂ। ਠੀਕ ਹੈ। ਗੁਰੂ ਦੇ ਲੜਨ ਲੱਗ ਗਏ, ਹੱਥ 'ਚ ਕਿਰਪਾਨ ਵੀ ਫੜ ਲਈ, ਸਿੰਘ ਸੱਜ ਗਏ, ਖਾਲਸਾ ਸੱਜ ਗਿਆ, ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨਾਲ ਪੰਗਾ ਲਿਆ, ਉਹਨੂੰ ਇੱਥੋਂ ਭਜਾਇਆ। ਜਿਹੜਾ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦਿੱਲੀ ਦੇ ਉੱਤੇ ਕਤਲੇਆਮ ਕਰਦਾ ਸੀ, ਮਰਾਠਿਆਂ ਨੂੰ ਲੱਖ ਲੱਖ ਤੋਂ ਵੱਧ ਬੰਦਿਆਂ ਦਾ ਕਤਲੇਆਮ ਹੋਇਆ, ਹਾਂਜੀ, ਲੱਖਾਂ ਦੇ ਵਿੱਚ ਹੀ ਜ਼ਖਮੀ ਹੋਏ, ਅਤੇ ਇੱਧਰ ਨਿੰਗ ਸਿੰਘਾਂ ਨੇ ਉਹਨਾਂ ਨੂੰ ਅੱਗੇ ਲਾ ਲਿਆ ਸੀ। ਹਾਲਾਂਕਿ ਦੋ ਘੱਲੂਘਾਰੇ ਵੀ ਹੋਏ, ਜਿਹਦੇ ਛੋਟਾ ਘੱਲੂਘਾਰਾ 12,000 ਤੋਂ ਵੱਧ ਨਿੰਗ ਸਿੰਘ ਮਰੇ, ਠੀਕ ਹੈ, ਵੱਡਾ ਘੱਲੂਘਾਰਾ 33,000 ਤੋਂ ਵੱਧ ਮਰੇ ਮਲੇਰਕੋਟਲੇ ਕੋਲੇ ਕੋਪਰ ਹੀੜੇ। ਠੀਕ ਹੈ। ਪਰ ਡਰੇ ਨਹੀਂ, ਜਦੋਂ ਪਿੱਛੇ ਮੁੜ ਲੱਗਿਆ ਅਬਦਾਲੀ, ਮਗਰ ਪੈ ਗਏ ਮਗਰ ਜੋ ਕੁਛ ਉਹਦੇ ਸੀ ਦੁਆਰੇ ਖੋਲਿਆ। ਇਸੇ ਮੁਲਖ ਦੀਆਂ ਧੀਆਂ ਧਿਆਣੀਆਂ ਉਹਦੇ ਕੋਲੇ ਸੀ, ਜਿਹੜੇ ਘਰੇ ਜਿਵੇਂ ਕਿ ਧਨ ਜੋਬ ਨੂੰ ਦੋਏ ਬੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਜਿਹਦੇ ਘਰੇ ਜਵਾਨੀ ਸੀ ਅਤੇ ਧਨ ਸੀ ਉਹਨੂੰ ਲੁੱਟ ਕੇ ਲੈ ਗਏ, ਜਿਹਦੇ ਘਰੇ ਧੀਆਂ ਸੀ ਉਹਨੂੰ ਲੁੱਟ ਕੇ ਲੈ ਗਏ, ਜਿਹਦੇ ਕੋਲ ਪੈਸਾ ਸੀ ਉਹਨੂੰ ਲੁੱਟ ਕੇ ਲੈ ਗਏ। ਅਬਦਾਲੀ ਹੋਰੀ ਨਿੰਗਾਂ ਨੇ ਛੁਡਾਇਆ, ਆਹ ਤੇਰੇ ਲੁਧਿਆਣੇ ਬਿਜਲੀ ਵੀ ਗਏ ਆ, ਆਹ ਪੁੱਛ ਲਓ ਜੇ ਕਿਸੇ ਬੰਦੇ ਨੇ ਨਿੰਗਾਂ ਦਾ ਸਾਥ ਦਿੱਤਾ ਹੋਵੇ ਤਾਂ। ਕਿਸੇ ਨੇ ਦਿੱਤਾ? ਨਾ ਨਾ ਨਾ, ਕਿਸੇ ਨੇ ਦਿੱਤਾ, ਉਹ ਇਕੱਲੇ ਹੀ ਮਾਂ ਦੇ ਸ਼ੇਰ ਲੜੇ ਸੀ ਉਦੋਂ। ਅਤੇ ਇਹਨਾਂ ਬਾਰੇ ਫਿਰ ਕੋਈ ਅਬਦਾਲੀ ਨੇ ਗੱਲ ਨਹੀਂ ਕਹੀ ਵੀ ਕਦੇ? ਜੇਕਰ ਅਬਦਾਲੀ ਨੇ ਤਾਂ ਕਿਹਾ ਵੀ ਇਹਨਾਂ ਦਾ, ਉਹਨੂੰ ਕਹਿੰਦੇ ਘੱਲੂਘਾਰ ਆ, ਐਨੀਹਿਲੇਸ਼ਨ ਅੰਗਰੇਜ਼ੀ 'ਚ ਸ਼ਬਦ ਹੈ, ਠੀਕ ਹੈ, ਇਹਨਾਂ ਦਾ ਸੱਤਿਆਨਾਸ਼ ਕਰ ਦਿਓ। ਠੀਕ ਹੈ। ਸੱਤਿਆਨਾਸ਼ ਕਰਨ ਆਇਆ ਸੀ ਵੀ ਧਰਤੀ 'ਤੇ ਦਿਸਣਾ ਵੀ ਵੀ ਸਿੱਖ ਨਾਂ ਦੀ ਕੋਈ ਸ਼ੈ ਹੈ। ਠੀਕ ਹੈ। ਤਾਂ ਦੋ ਘੱਲੂਘਾਰੇ ਹੋਏ ਸੀਗੇ, ਦੋ ਘੱਲੂਘਾਰੇ, ਹਾਂਜੀ, ਪਰ ਇਹ ਤਕੜੇ ਹੋਏ ਅਤੇ ਉਹਨਾਂ ਦੇ ਵਿੱਚੋਂ ਆਪਣੇ ਮਿਸਲਾਂ ਬਣ ਗਈਆਂ ਅਤੇ ਉਹਨਾਂ ਮਿਸਲਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, 40 ਵਰੇ ਰਾਜ ਕੀਤਾ ਸ਼ਾਹ ਮੁਹੰਮਦ ਦਾ, ਕਹਿੰਦਾ 40 ਵਰੇ ਰਾਜ ਕੀ ਜਾਣ, 50 ਵਰਸਾਂ ਅੱਛਾ ਰੱਜ ਕੇ ਰਾਜ ਕਮਾਇਆ ਗਿਆ, ਹੈਂ, ਉਹ ਰਾਜ ਕਮਾਇਆ 1849 'ਚ ਪੰਜਾਬ ਦੇ ਲੋਕਾਂ ਨੇ, ਅਤੇ ਅੰਗਰੇਜ਼ ਨੇ ਅਤੇ ਹਿੰਦੁਸਤਾਨ ਦੀਆਂ ਫੌਜਾਂ ਨੇ ਪੰਜਾਬ ਦੇ ਰਾਜ ਦਾ ਸੱਤਿਆਨਾਸ਼ ਕੀਤਾ, ਪੰਜਾਬ ਦੇ ਰਾਜ, ਹਾਂਜੀ। ਰਣਜੀਤ ਸਿੰਘ ਦੇ ਦਰਬਾਰੀਆਂ ਨੇ ਗਦਾਰੀ ਕੀਤੀ, ਦਰਬਾਰੀਆਂ ਨੇ ਕਿਹੜੇ ਕਿਹੜੇ ਸੀ? ਗੁਲਾਬ ਸਿੰਘ, ਤੇਜਾ ਸਿੰਘ, ਲਾਲ ਸਿੰਘ, ਖੁਸ਼ਹਾਲ ਸਿੰਘ, ਇਹਦੇ ਦਰਬਾਰੀ ਸੀਗੇ, ਉਹਨਾਂ ਨੇ ਗਦਾਰੀਆਂ ਕੀਤੀਆਂ। ਉਧਰੋਂ ਅੰਗਰੇਜ਼ ਦੀਆਂ ਫੌਜਾਂ 'ਚ ਭਰਤੀ ਹੋ ਕੇ ਇਹਨਾਂ ਨੂੰ ਉਸ ਵਕਤ ਪੂਰਬੀ ਕਿਹਾ ਜਾਂਦਾ ਸੀ, ਠੀਕ ਹੈ, ਆਪਣੇ 'ਤੇ ਹਮਲਾ ਕੀਤਾ ਰਣਜੀਤ ਸਿੰਘ ਦੇ ਰਾਜ 'ਤੇ, ਅਤੇ ਇਹਨਾਂ ਸਾਰਿਆਂ ਨੇ ਰਲ ਕੇ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਉਹ ਖਤਮ ਕੀਤਾ। ਜਿਹੜੇ ਗੁਲਾਮਾਂ ਦੇ ਆਪਾਂ ਗਦਾਰਾਂ ਦੀ ਗੱਲ ਕਰਨੀ ਹੋਵੇ, ਉਹ ਸਮੇਂ ਸਮੇਂ ਦੇ ਵਿੱਚ ਰਹੀ ਹੈ, ਅਤੇ ਗਦਾਰਾਂ ਨੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਕੀਤਾ? ਨੁਕਸਾਨ ਹੀ ਗਦਾਰ ਕਰ, ਇੱਥੋਂ ਤੱਕ ਗਦਾਰਾਂ ਨੇ ਸਾਰੇ ਹਿੰਦੁਸਤਾਨ ਦਾ ਵੀ ਨੁਕਸਾਨ ਕੀਤਾ, ਠੀਕ ਹੈ ਨਾ, ਪੰਜਾਬ ਦੇ ਗਦਾਰਾਂ ਨੇ ਪੰਜਾਬ ਦਾ ਕੀਤਾ, ਠੀਕ ਹੈ। ਹੁਣ ਕੰਪਨੀ ਆਈ ਸੀ ਇੱਕ, ਹਾਂ, ਈਸਟ ਇੰਡੀਆ ਕੰਪਨੀ ਜੀ, ਮੈਂ ਦਾਅਵੇ ਨਾਲ ਕਹਿੰਦਾ ਵੀ ਕੋਈ ਇੱਕ ਬੰਦਾ ਦੱਸ ਦੇ ਜੇ ਈਸਟ ਇੰਡੀਆ ਕੰਪਨੀ ਦਾ ਤੁਸੀਂ ਇੱਕ ਵੀ ਕਲਰਕ ਨੂੰ ਰਿਸ਼ਵਤ ਦੇ ਕੇ ਆਪਣੇ ਵੀ ਨਹੀਂ ਕਰ ਲਿਆ ਹੋਵੇ ਤਾਂ ਕੰਪਨੀ ਦਾ ਕਲਰਕ ਹੀ ਹੋ ਸਕਦਾ ਨਾ, ਫੌਜ ਤਾਂ ਨਹੀਂ ਹੁੰਦੀ? ਫੌਜ ਤਾਂ ਨਹੀਂ ਹੁੰਦੀ, ਇੱਕ ਵੀ ਨਹੀਂ। ਉਹਨਾਂ ਨੇ ਆਪਣੇ ਰਾਜੇ ਨੂੰ ਵੀ ਗਦਾਰੀ 'ਤੇ ਲਾ ਲਿਆ, ਵਜ਼ੀਰ ਨੂੰ ਵੀ ਲਾ ਲਿਆ, ਜਗੀਰਦਾਰ ਨੂੰ ਲਾ ਲਿਆ, ਵੱਡੇ ਵਪਾਰੀ ਨੂੰ ਲਾ ਲਿਆ, ਵੱਡੇ ਅਮੀਰ ਨੂੰ ਲਾ ਲਿਆ, ਵੱਡੇ ਪੁਜਾਰੀ ਨੂੰ ਲਾ ਲਿਆ, ਧਰਮਾਂ ਦੇ ਪੁਜਾਰੀ ਉਹਨਾਂ ਨਾਲ ਸੀ, ਇਹ ਵੀ ਨਾਲ ਹੈ, ਉਹਨਾਂ ਦਾ ਕਿਰਦਾਰ ਸੀ, ਸਾਡਾ ਹੈ ਹੀ ਨਹੀਂ ਸੀ, ਅਸੀਂ ਤਾਂ ਪੈਸੇ ਲੈ ਕੇ ਅੰਦਰੋਂ ਕਿਲਿਆਂ ਦੀਆਂ ਕੰਧਾਂ ਤੋੜ ਦਿੰਦੇ ਸੀ, ਦਰਵਾਜ਼ੇ ਖੋਲ੍ਹ ਦਿੰਦੇ ਸੀ, ਅਸੀਂ ਤਾਂ ਪੈਸੇ ਲੈ ਕੇ, ਇਹਨਾਂ ਧੰਦਾ ਰਿਹਾ, ਰੱਬ ਨੂੰ ਜਿੰਨਾ ਮਰਜ਼ੀ ਮੰਨੀ ਜਾਣਾ, ਇਹਨਾਂ ਦੇ ਕਿਰਦਾਰ ਦੇ ਵਿੱਚ ਕੋਈ ਚੀਜ਼ ਨਹੀਂ ਹੈ ਜਿਹੜੀ ਦੇਸ਼ ਦੇ ਵਿਰੋਧ ਦੇ ਵਿੱਚ ਨਾ ਗਈ ਹੋਵੇ, ਚੰਗੀ ਚੀਜ਼ ਕੋਈ ਨਹੀਂ ਹੈ, ਅਤੇ ਵਿਰੋਧ 'ਚ ਜਾਣ ਵਾਲੀਆਂ ਸਾਰੀਆਂ ਨੇ ਜਿੰਨੇ ਆਪਣੇ ਆਪ ਨੂੰ ਖਾਨਦਾਨੀ ਕਹਿੰਦੇ ਆ ਨਾ, ਇਹ ਭਾਰਤ ਵਿੱਚ ਵੀ ਬੰਦਾ ਬੜਾ ਖਾਨਦਾਨੀ ਹੈ, 712 ਈਸਵੀ ਤੋਂ ਗੁਲਾਮ ਚੱਲਿਆ ਆ ਰਿਹਾ, ਅਤੇ ਗੁਲਾਮੀ 'ਚ ਖਾਨਦਾਨ ਕਿੱਥੋਂ ਆ ਗਏ ਬਈ? ਖਾਨਦਾਨ ਦਾ ਮਤਲਬ ਹੈ ਕਿ ਰਾਜ ਕਰਦਾ ਸ਼੍ਰੇਣੀ ਦੇ ਦਲਾਲ, ਹੋਰ ਖਾਨਦਾਨ ਦਾ ਮਤਲਬ ਇਹ ਹੈ, ਰਾਜ ਕਰਦਾ ਸ਼੍ਰੇਣੀ ਦੇ ਦਲਾਲ, ਠੀਕ ਹੈ, ਰਾਜ ਕਰਦਾ ਭਾਵੇਂ ਬਾਹਰਲਾ ਹੋਵੇ ਭਾਵੇਂ ਆਪਣੇ ਆਪ ਦਾ ਹੋਵੇ, ਠੀਕ ਹੈ, ਦਲਾਲ ਹੋਣਗੇ ਰਾਜ ਦਰਬਾਰ ਦੇ ਨੇੜੇ ਰਹਿਣਗੇ ਦਰਬਾਰੀ, ਠੀਕ ਹੈ, ਮੈਂ ਕਹਿੰਦਾ ਵੀ ਅਧਿਕਾਰੀ, ਵਪਾਰੀ, ਪੁਜਾਰੀ ਅਤੇ ਦਰਬਾਰੀ, ਅੱਛਾ, ਇਹ ਸਾਰੇ ਲੋਕ ਵਿਰੋਧੀ ਹੁੰਦੇ ਆ, ਇਹ ਠੀਕ ਹੈ, ਆਪਦੇ ਲੋਕਾਂ ਦੇ ਬਾਰੇ ਵਿਰੋਧ 'ਚ ਭੁਗਤਣਗੇ, ਆਪਦੇ ਦੇਸ਼ ਦੇ ਵੀ ਵਿਰੋਧ 'ਚ ਭੁਗਤਣਗੇ, ਇਹਨਾਂ ਨੂੰ ਚੌਧਰੀ ਚਾਹੀਦੀ ਆ, ਗੱਦੀ ਚਾਹੀਦੀ ਆ, ਅਣਖ ਨਹੀਂ ਚਾਹੀਦੀ। ਪਰ ਪੰਜਾਬ ਦੇ ਆਪਾਂ ਗੱਲ ਕਰਦੇ, ਪੰਜਾਬ ਪਸੰਦ ਅਣਖੀਆਂ ਨੂੰ ਕਰਦਾ,
ਆਪਾਂ ਕਰਨ ਦੇ ਬਾਵਜੂਦ ਵੀ ਕਿੰਨੇ ਗਦਾਰ ਨੇ, ਇਹ ਵੀ ਵੇਖੋ ਨਾ ਅੰਕੀ ਨੂੰ ਪਸੰਦ ਕਰਦਾ, ਪਰ ਪੰਜਾਬ ਨੇ ਜਿਹੜੀ ਵਿੱਦਿਆ ਪ੍ਰਾਪਤ ਕਰਨੀ ਸੀ ਉਹ ਨਾ ਕੀਤੀ। ਠੀਕ ਹੈ ਨਾ, ਤੁਹਾਨੂੰ ਪਤਾ ਵੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚੋਂ ਗਦਾਰ ਪੈਦਾ ਹੋਏ ਕਿਵੇਂ? ਜਦੋਂ ਸਿਕੰਦਰ ਦਾ ਹਮਲਾ ਹੋਇਆ, ਠੀਕ ਹੈ, ਇੱਥੋਂ ਦੇ ਦੋ ਰਾਜੇ ਅੰਬੀ ਅਤੇ ਅੱਬੇ ਸਾਰ, ਠੀਕ ਹੈ, ਸਿਕੰਦਰ ਨਾਲ ਰਲ ਗਏ ਸੀ। ਠੀਕ ਹੈ, ਸ਼ੁਰੂ ਤੋਂ ਹੀ ਗਦਾਰੀ, ਸ਼ੁਰੂ ਤੋਂ ਹੀ ਜੋ ਮਰਜ਼ੀ ਕਹੀ ਜਾਣ ਹਟ ਹੀ ਨਹੀਂ ਸਕਦੇ ਇਹ। ਤੁਸੀਂ ਐਂ ਲੈ ਲਓ ਇੱਥੋਂ ਅੰਗਰੇਜ਼ ਗਿਆ, ਠੀਕ ਹੈ, ਤੁਸੀਂ ਕਿਸੇ ਬਜ਼ੁਰਗ ਨੂੰ ਪੁੱਛ ਲਓ, ਕਿਸੇ ਨੂੰ ਵੀ ਪੰਜਾਬ ਦੇ ਨੂੰ, ਵੀ ਅੰਗਰੇਜ਼ ਦਾ ਰਾਜ ਕਿਹੋ ਜਿਹਾ ਸੀ, ਆਖਣਗੇ ਜੀ ਰਾਮ ਰਾਜ ਹੀ ਸੀ, ਐਂ ਕਹਿੰਦੇ ਆ, ਕਹਿੰਦੇ ਨਾ। ਹਾਂ, ਫਿਰ ਦੱਸੋ ਕਿੱਡੀ ਕੁ ਚੇਤਨਾ ਇਹਨਾਂ ਕੋਲ। ਮੈਂ 14,583 ਬੰਦਿਆਂ ਦੀ ਇੰਟਰਵਿਊ ਕੀਤੀ ਆ, ਠੀਕ ਹੈ, ਜਿਨ੍ਹਾਂ ਦੀ ਉਮਰ 90 ਸਾਲ ਤੋਂ ਲੈ ਕੇ 105 ਵਰੇ ਤੱਕ, ਠੀਕ ਹੈ, ਕੋਈ ਬੰਦਾ ਇਹੋ ਜਿਹਾ ਨਹੀਂ ਮੈਨੂੰ ਮਿਲਿਆ ਜਿਹਨੇ ਇਹ ਕਿਹਾ ਹੋਵੇ ਕਿ ਅੰਗਰੇਜ਼ ਦਾ ਰਾਜ ਬਹੁਤ ਮਾੜਾ ਸੀ, ਠੀਕ ਹੈ, ਅਤੇ ਕਿਸੇ ਨੇ ਇਹ ਕਿਹਾ ਹੋਵੇ ਅਸੀਂ ਉਹਦੇ ਗੁਲਾਮ ਸੀ, ਉਹਦੇ ਨਾਂ ਜੀ ਬਸ ਬੜਾ ਰਾਜ ਸੀ। ਕਿਉਂ, ਕੀ ਗੱਲ, ਚੇਤਨਾ ਦਾ ਖਾਨਾ ਹੀ ਨਹੀਂ। ਹਾਂ, ਇਹਨਾਂ ਨੂੰ ਗੁਲਾਮੀ ਵੀ ਐਂ ਲੱਗਦੀ ਹੈ ਵੀ ਸਾਡੇ ਲਈ ਇਹ ਆਸ਼ੀਰਵਾਦ ਹੈ। ਠੀਕ ਹੈ, 1300 ਵਰੇ, ਕਿਉਂਕਿ ਬਾਰ ਬਾਰ ਦੇਖੋ ਇਸ ਤਰ੍ਹਾਂ ਵੀਰੇ, ਸ਼ਬਦ ਤਾਂ ਬੜਾ ਕੌੜਾ ਹੈ। ਹਾਂ, ਇੱਕ ਕੋਈ ਲੜਕੀ, ਕੋਈ ਲੜਕੀ, ਠੀਕ ਹੈ, ਚਕਲੇ 'ਚ ਚੜ ਜੇ, ਠੀਕ ਹੈ, ਉੱਥੇ ਉਹਦੇ ਲੜਕੀ ਦੇ ਕਹਾਂ ਲੜਕੀ ਪੈਦਾ ਹੋ ਜਾਵੇ ਚਕਲੇ 'ਚ, ਠੀਕ ਹੈ, ਅਤੇ ਉਹ ਕੀ ਸਮਝੂਗੀ ਵੀ ਸਾਡਾ ਘਰ ਇਹੀ ਹੈ। ਹਾਂ, ਇਹੀ ਸਾਡਾ ਘਰ ਹੈ। ਹਾਂ, ਅੱਜ ਆਉਂਦੇ ਨੇ ਖੇ ਖਾਣੇ, ਹਾਂ, ਇਹੀ ਸਾਡੇ ਪਿਓ ਹੈ, ਸਾਡਾ ਹਾਲ ਇਹ ਹੋ ਗਿਆ। ਅਸੀਂ ਕਿਉਂਕਿ ਲੰਮੀ ਗੁਲਾਮੀ ਭੋਗੀ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਜੀ, ਔਰ ਗੁਲਾਮੀ ਦੇ ਵੀ ਸਾਨੂੰ ਐਂ ਲੱਗਿਆ ਵੀ ਸਾਡੀ ਜਿਹੜੀ ਤਕਦੀਰ ਐਸੇ ਤਰ੍ਹਾਂ ਹੀ ਹੈ। ਗੁਲਾਮੀ 'ਚ ਵੀ ਸਾਨੂੰ ਰਾਮ ਰਾਜ ਦਿਸਣ ਲੱਗ ਗਿਆ, ਜੀ, ਫਿਰ ਅਸੀਂ ਜਾਗਣਾ ਕਦੋਂ ਹੈ? ਇਸੇ ਕਰਕੇ ਨਹੀਂ ਜਾਗਦੇ, ਇਸੇ ਕਰਕੇ ਅਸੀਂ ਡੁੱਟੇ ਪੁੱਟੇ ਜਾਂਦੇ ਹਾਂ। ਜਿਹੜੀਆਂ ਸਾਡੀਆਂ ਰਾਜ ਕਰਦਾ ਸ਼੍ਰੇਣੀ ਨੇ ਮੰਦੇ ਭਾਗਾਂ ਨੂੰ, ਜਿਵੇਂ ਅੰਗਰੇਜ਼ ਸੀ, ਜੀ, ਖੁਦ ਕਹਿਣ ਨੂੰ ਤਾਂ ਆਪਾਂ ਨੂੰ ਉਹ ਕਹਿ ਕੇ ਗਿਆ ਵੀ ਤੁਸੀਂ ਜੀ ਆਜ਼ਾਦ ਕਰਤੇ। ਹਾਂ, ਆਜ਼ਾਦ 'ਤੇ ਸ਼ਬਦ ਹੈ ਹੀ ਨਹੀਂ ਉੱਥੇ, ਠੀਕ ਹੈ, ਉਹਦੇ 'ਚ ਤਾਂ ਲਿਖਿਆ ਵੀ ਟ੍ਰਾਂਸਫਰ ਆਫ ਪਾਵਰ। ਅੱਛਾ, ਪਾਵਰ ਹੀ ਬਦਲੀ ਹੈ, ਟ੍ਰਾਂਸਫਰ ਆਫ ਪਾਵਰ ਟੂ ਦਾ ਕਲੋਨੀਅਲ ਸਟੇਟਸ, ਨੇਮਲੀ ਇੰਡੀਆ ਐਂਡ ਪਾਕਿਸਤਾਨ। ਭਾਰਤ ਅਤੇ ਪਾਕਿਸਤਾਨ ਨੂੰ ਅੰਦਾਜ਼ਾ ਲਾਓ ਬਸਤੀਵਾਦੀ ਤਾਕਤ ਦਿੱਤੀ ਆ, ਠੀਕ ਹੈ, ਆਜ਼ਾਦੀ ਤਾਂ ਦਿੱਤੀ ਨਹੀਂ। ਆਪਾਂ ਕਹਿੰਦੇ ਆਜ਼ਾਦ ਹੋ ਗਏ, ਆਪਣਾ ਚਾਚਾ ਵੀ ਝੂਠ ਮਾਰੀ ਗਿਆ, ਬਾਪੂ ਵੀ ਝੂਠ ਮਾਰੀ ਗਿਆ, ਪਟੇਲ ਵੀ ਝੂਠ ਮਾਰੀ ਗਿਆ, ਸੀ ਰਾਜਗੋਪਾਲਾ ਵੀ ਝੂਠ ਮਾਰੀ ਗਿਆ, ਉਧਰ ਜਨਾਹ ਵੀ ਝੂਠ ਮਾਰੀ ਗਿਆ, ਗੁਲਾਮ ਆਪਾਂ ਅੱਜ ਵੀ ਹਾਂ, ਅੱਜ ਵੀ ਗੁਲਾਮ, ਅੱਜ ਵੀ ਗੁਲਾਮ ਆ, ਜੋ ਮਰਜ਼ੀ ਕਹੀ ਜਾਓ, ਸ਼ਬਦ ਹੀ ਹੈ ਨਹੀਂ ਸਾਡੇ ਕੋਲ, ਉਹ ਹੈ ਨਹੀਂ ਨਾ ਸਾਡੇ ਕੋਲ, ਸਾਡਾ ਭੇਸ ਹੈ ਨਾ ਭਾਸ਼ਾ ਹੈ। ਭੇਸ਼ ਕਿਵੇਂ, ਭੇਸ਼ ਵੀ ਤੁਰ ਗਿਆ ਸਾਡੇ ਤੋਂ, ਤੁਰ ਗਿਆ, ਤੁਰ ਗਿਆ ਬਕਾਇਦਾ। ਇੰਗਲੈਂਡ ਆਇਆ, ਉਹਨੇ ਆਪਣੇ ਹਿੰਦੁਸਤਾਨ ਦੀ ਪੱਗ ਬੰਨੀ, ਇੱਕ ਦਿਨ ਦੱਸ ਦਿਓ, ਨਹੀਂ ਬੰਨੀ, ਉਹਨਾਂ ਦੇ ਚਪੜਾਸੀ ਨੇ, ਉਹਨਾਂ ਦੇ ਡੀ ਸੀ ਨੇ, ਉਹਨਾਂ ਦੇ SSP ਨੇ, ਉਹਨਾਂ ਦੇ ਗਵਰਨਰ ਨੇ, ਇੱਕ ਦਿਨ ਦੱਸ ਦਿਓ ਵੀ ਉਹਨੇ ਪੱਗ ਬੰਨੀ ਸੀ, ਕਿਉਂ ਨਹੀਂ ਬੰਨੀ? ਆਪਾਂ ਕਹਿੰਦੇ ਮੈਂ ਟੋਪੀ ਪਾਉਣੀ ਆ, ਮੈਂ ਪਤਲੂਣ ਪਾਉਣੀ ਆ, ਉਹਨੇ ਨਾ, ਅਸੀਂ ਉਹਨਾਂ ਦੇ ਕੰਜ਼ੂਮਰ ਬਣ ਗਏ, ਹੀਣ ਭਾਵ ਕਰਤਾ। ਸਾਨੂੰ ਲਿਟਰੇਚਰ ਵੀ ਪੜ੍ਹਾਇਆ ਜਾਂਦਾ, ਮੰਨ ਲਓ ਵੀ ਉੱਧਰੋਂ ਅਸੀਂ ਵਾਰਿਸ਼ਾ ਪੜ੍ਹਦੇ ਹਾਂ, ਉੱਧਰੋਂ ਸ਼ੇਕਸਪੀਅਰ ਪੜ੍ਹਦੇ ਹਾਂ, ਸਾਨੂੰ ਦੱਸਿਆ ਜਾਂਦਾ ਵੀ ਸ਼ੇਕਸਪੀਅਰ ਇਜ਼ ਦਾ ਨਾ ਵਾਰਿਸ਼ਾ ਇਜ਼ ਦਾ ਸ਼ੇਕਸਪੀਅਰ ਔਫ ਪੰਜਾਬੀ ਲੈਂਗੁਏਜ, ਵਾਰਿਸ਼ਾ ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਹੈ। ਸ਼ੇਕਸਪੀਅਰ ਤੋਂ ਵੱਡੇ ਵੱਡੇ ਕਲਾਕਾਰ ਨੇ, ਵੱਡੇ ਵੱਡੇ ਲਿਖਾਰੀ ਨੇ, ਵੱਡੇ ਵੱਡੇ ਨਾਟਕਕਾਰ ਨੇ, ਵੱਡੇ ਵੱਡੇ ਕਵੀ ਨੇ, ਉਹਨਾਂ ਦਾ ਨਾਮ ਨਹੀਂ ਲੈਣਾ ਸ਼ੇਕਸਪੀਅਰ ਦਾ, ਕਿਉਂਕਿ ਅਸੀਂ ਇਹਨਾਂ ਦੇ ਗੁਲਾਮ ਸੀਗੇ। ਸਾਨੂੰ ਗੁਲਾਮੀ ਮਾਨਸਿਕ ਤੌਰ 'ਤੇ ਸਾਡੇ ਜਜ਼ਬਾਤਾਂ 'ਚ ਪਾਤੀ ਵੀ ਤਾਂ ਕਿ ਅਸੀਂ ਸੋਚ ਵੀ ਨਾ ਸਕੀਏ ਵੀ ਜੇ ਥੋੜ੍ਹਾ ਚੰਗਾ ਤਾਂ ਫਲਾਣੇ ਸਾਡੇ ਕਰਕੇ ਚੰਗਾ ਹੈ, ਤੁਸੀਂ ਸਾਡੇ ਵਰਗੇ ਹੋ, ਅਸੀਂ ਤੁਹਾਡੇ ਵਰਗੇ ਨਹੀਂ ਹਾਂ। ਹਾਲਾਂਕਿ ਤਕੜੇ ਅਸੀਂ ਸੀ, ਜ਼ਮੀਨ ਸਾਡੇ ਕੋਲ, ਜਾਇਦਾਦ ਸਾਡੇ ਕੋਲ, ਵਪਾਰ ਸਾਡੇ ਕੋਲ, ਖੇਤੀ ਸਾਡੇ ਕੋਲ, ਅੰਗਰੇਜ਼ ਕੋਲ ਤਾਂ ਜੂਆਂ ਸੀ, ਜੂਆਂ ਸੀ, ਹੋਰ ਕੁਛ ਨਹੀਂ ਸੀ ਪਿੰਡੇ 'ਤੇ, ਰਾਜ ਥੋੜ੍ਹੇ 'ਤੇ ਕਰ ਗਿਆ, ਨਹਾਉਂਦਾ ਨਹੀਂ ਸੀ, ਧੋਂਦਾ ਨਹੀਂ ਸੀ, ਤੁਹਾਡੇ ਸਾਹਮਣੇ ਆ। ਅੱਜ ਜਿੰਨਾ ਮਰਜ਼ੀ ਸ਼ੌਕੀਨ ਬਣਿਆ, ਫਿਰ ਆਪਾਂ ਕਹਿੰਦੇ ਸੀ, ਤੁਸੀਂ ਗੱਲ ਕਰਨ ਲੱਗੇ ਸੀ ਵੀ ਆਪਣੇ ਤੋਂ ਪਹਿਰਾਵਾ ਖੋਲਿਆ, ਹੋਰ ਕਿਹੜੀ ਕਿਹੜੀ ਚੀਜ਼ਾਂ ਦਿੰਦੇ ਤੁਸੀਂ? ਭੇਸ, ਹਾਂ, ਤੁਹਾਡੀ ਭਾਸ਼ਾ ਕਿੱਥੇ ਆ? ਹਾਂ, ਤੁਸੀਂ ਐਂ ਕਰੋ ਪੰਜਾਬੀ ਲਾਗੂ ਕਰਕੇ ਦਿਖਾ ਦਿਓ। ਆ ਮਾਨ ਨੇ ਕਿਹਾ ਸੀ ਨਾ ਵੀ ਪੰਜਾਬੀ 'ਚ ਬੋਰਡ ਲਵਾ ਤੇ, ਲੱਗੇ ਨਹੀਂ ਨਾ, ਹਾਂ, ਦੋ ਬੋਰਡ ਵੀ ਨਹੀਂ ਲੱਗੇ ਇੱਥੋਂ ਤੱਕ ਕਿ ਸਰਕਾਰੀ ਦਫ਼ਤਰਾਂ 'ਚ ਵੀ ਬੋਰਡ ਨਹੀਂ ਬਦਲੇ ਗਏ, ਉਹ ਜਿਹੜੇ ਲੈਟਰ ਸੀ ਉਹ ਵੀ ਅੰਗਰੇਜ਼ੀ ਸੀ, ਜਿਹੜੀ ਪੰਜਾਬੀ, ਉਹ ਵੀ ਚਿੱਠੀਆਂ ਅੰਗਰੇਜ਼ੀ 'ਚ ਖੜੀ ਉੱਥੇ ਨੇ, ਅੰਗਰੇਜ਼ੀ ਬੋਲ ਕੇ ਉਹਨੂੰ ਤਸੱਲੀ ਆਉਂਦੀ ਆ, ਬਣਾ ਗੱਲ ਤੋਂ, ਉਹਨੂੰ ਕਹਿੰਦੇ ਅਸੀਂ, ਸਾਨੂੰ ਅੰਗਰੇਜ਼ੀ ਆਉਂਦੀ ਹੈ ਤਾਂ ਮਤਲਬ ਸਾਨੂੰ ਬਹੁਤ ਕੁਛ ਆਉਂਦਾ, ਪੜ੍ਹੇ ਲਿਖੇ ਤਾਂ ਮੰਨੇ ਜਾਂਦੇ ਹਨ, ਅਸੀਂ ਪੜ੍ਹੇ ਲਿਖੇ ਤਾਂ ਮੰਨੇ ਜਾਂਦੇ, ਸਾਨੂੰ ਅੰਗਰੇਜ਼ੀ ਆਉਂਦੀ ਆ। ਪਹਿਲਾਂ ਇਹ ਹੁੰਦਾ ਸੀ ਜਿਹੜਾ ਫਾਰਸੀ ਪੜ੍ਹਦਾ ਸੀ ਉਹ ਵਿਦਵਾਨ ਸੀ, ਅੱਛਾ, ਪੜ੍ਹੇ ਫਾਰਸੀ ਵੇਚੇ ਤੇਲ, ਇਹ ਕੁਦਰਤ ਦੇ ਖੇਲ, ਕਿਉਂਕਿ 700 ਵਰੇ ਫਾਰਸੀ ਨੇ ਵੀ ਤੁਹਾਡੇ 'ਤੇ ਰਾਜ ਕੀਤਾ ਨਾ,
ਠੀਕ ਹੈ, ਪਹਿਲਾਂ ਫਾਰਸੀ ਦੀ ਟੌਰ ਸੀ ਫਿਰ ਅੰਗਰੇਜ਼ੀ ਦੀ ਟੌਰ ਸੀ, ਹੁਣ ਅੰਗਰੇਜ਼ੀ ਜਾਰੀ ਹੈ, ਅੰਗਰੇਜ਼ੀ ਜਾਰੀ ਹੈ ਕਿਉਂਕਿ ਅੰਤਰਰਾਸ਼ਟਰੀ ਭਾਸ਼ਾ ਬਣਾਤੀ, ਤਾਂ ਬਣ ਗਈ ਕਿਉਂਕਿ ਅੰਗਰੇਜ਼ ਨੇ 60 ਮੁਲਕਾਂ 'ਤੇ ਰਾਜ ਕੀਤਾ, 60 ਮੁਲਕਾਂ 'ਤੇ ਅੰਗਰੇਜ਼ੀ ਚੱਲ ਪਈ, ਉਹ ਕਹਿੰਦਾ ਹੁਣ ਸਾਡੇ ਇਹਦੇ ਵਗੈਰ ਗੁਜ਼ਾਰਾ ਹੀ ਨਹੀਂ, ਆਪਾਂ ਤਾਂ ਜਿਵੇਂ ਕਹਿੰਦੇ ਹਾਂ ਅਪੰਗ ਬਣਾ ਤੇ ਅੰਗਰੇਜ਼ੀ ਦੀਆਂ ਡਿਗੀਆਂ ਲਾ ਕੇ ਤੁਰਦੇ ਹਾਂ, ਕਿਸੇ ਵੀ ਮੁਲਕ 'ਚ ਜਾਈਏ ਕਿਸੇ ਵੀ ਮੁਲਕ ਆਪਣੇ ਆਪ ਤਾਂ ਤੁਰ ਹੀ ਨਹੀਂ ਸਕਦੇ, ਆਪਣੇ ਵੀ ਹੁਣ ਤਾਂ ਹਰ ਚੌਥੀ ਦੁਕਾਨ ਅੰਗਰੇਜ਼ੀ ਸਿਖਾਉਣ ਦੀ ਹੋਈ ਹੈ, ਹਰ ਦੁਕਾਨ ਅੰਗਰੇਜ਼ੀ ਸਿਖਾਉਣ ਦੀ ਆ, ਔਰ ਭੱਜਣ ਵਾਸਤੇ ਸਾਡੇ ਵਾਸਤੇ ਅੰਗਰੇਜ਼ੀ ਵਧੀਆ, ਜਿੱਥੋਂ ਅਸੀਂ ਕੈਨੇਡਾ ਜਾਣਾ, ਅਮਰੀਕਾ ਜਾਣਾ, ਨਿਊਜ਼ੀਲੈਂਡ ਜਾਣਾ, ਆਸਟ੍ਰੇਲੀਆ ਜਾਣਾ, ਇੰਗਲੈਂਡ ਜਾਣਾ, ਸਾਨੂੰ ਉੱਥੇ ਲੱਗਦਾ ਸ਼ਾਇਦ ਸਾਡੀ ਉੱਥੇ ਮੁਕਤੀ ਹੋ ਜੂ, ਲੱਗਦਾ ਵੀ ਹੋ ਜੂਗੀ, ਮੁਕਤੀ ਤਾਂ ਪੁੱਤ ਹੁੰਦੀ ਨਹੀਂ ਹੈ, ਕਦੇ ਨਹੀਂ ਮੁਕਤੀ ਹੁੰਦੀ, ਉਹ ਤਾਂ ਥੋੜ੍ਹੇ ਲੁਟੇਰੇ ਨੇ, ਠੀਕ ਹੈ, ਅਮਰੀਕਾ ਇੰਗਲੈਂਡ 'ਤੇ ਲਾ ਲਓ, ਉਹਨੇ ਤੁਹਾਨੂੰ ਹੁਣ ਤੱਕ ਠੱਗਿਆ ਹੀ ਠੱਗਿਆ, ਤੁਹਾਨੂੰ ਕੀ ਦੇ ਦੂਗਾ ਉਹ, ਦੱਸੋ, ਰਾਜਨੀਤਿਕ ਤੌਰ 'ਤੇ ਪਹਿਲਾਂ ਵੀ ਠੱਗਿਆ, ਹੁਣ ਵੀ ਠੱਗੂਗਾ, ਹੁਣ ਵੀ ਠੱਗੂਗਾ, ਅਮਰੀਕਾ ਸਾਰੀ ਦੁਨੀਆਂ ਨੂੰ ਠੱਗ ਰਿਹਾ, ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹਦੇ ਮਰਜ਼ੀ ਕਲੇਸ਼ ਪਰਵਾ ਦੇ, ਜਿਹਦੀ ਮਰਜ਼ੀ ਲੜਾਈ ਕਰਵਾ ਦੇ, ਜਿੱਥੇ ਮਰਜ਼ੀ ਯੂਕਰੇਨ ਬਣਾ ਦੇ, ਹੁੰਦਾ ਕਿ ਸਾਰਾ ਕੁਛ ਉਸੇ ਦਾ ਹੀ ਆ, ਮਤਲਬ ਜਿਹੜਾ ਹੁਣ ਬਾਹਰ ਜਾਣ ਦਾ ਜਿਵੇਂ ਆਪਾਂ ਕਹਿੰਦੇ ਵੀ ਚੱਲਿਆ ਵਾ ਸਿਸਟਮ, ਹਰ ਕੋਈ ਜਾਣਦਾ, ਹਰ ਕੋਈ, ਕੀ ਲੱਗਦਾ ਵੀ ਜੇ ਮਤਲਬ ਇੱਥੇ ਆਪਦੇ ਮੁਲਕ ਨੂੰ ਵਧੀਆ ਬਣਾਉਣ ਜਾਏਗਾ ਉੱਧਰ ਭੱਜ ਕੇ ਵੀ ਸੌਖ ਹੋ ਜੂਗੀ, ਛੁਟਕਾਰਾ ਮਿਲ ਜੂਗਾ, ਪਤਾ ਗੱਲ ਕੀ ਆ, ਇਹ ਪਬਲਿਕ ਨੇ ਨਹੀਂ ਵਿਚਾਰੀ ਨੇ ਕਰਨਾ ਹੁੰਦਾ, ਇਹ ਸਰਕਾਰਾਂ ਨੇ ਕਰਨਾ ਹੁੰਦਾ, ਸਰਕਾਰਾਂ ਕਰਦੀਆਂ ਨਹੀਂ, ਸਰਕਾਰਾਂ ਕਦੇ ਨਕਸਲਵਾਦ ਫੈਲਾ ਦਿੰਦੀਆਂ, ਕਦੇ ਅੱਤਵਾਦ, ਕਦੇ ਵੱਖਵਾਦ, ਕਦੇ ਗੈਂਗਸਟਰਵਾਦ, ਆ ਪਿੱਛੇ ਜੇ ਹੁਣ ਆਪਣੇ ਪੰਜਾਬ ਚੱਲੇ, ਹਾਂਜੀ, ਕਦੇ ਨਸ਼ੇ ਦਾ ਵਾਦ ਸੀਗਾ, ਇਹ ਜਿਹੜੇ ਵਾਦ ਨੇ ਤੁਹਾਨੂੰ ਬਰਬਾਦ ਕਰ ਦਿੰਦੇ ਆ, ਹਰੇਕ ਬੰਦਾ ਕਹਿੰਦਾ ਯਾਰ ਜੇ ਮੈਂ ਜਿਉਂਦਾ ਰਹਿ ਜਾਂ, ਆਪਾਂ ਪਿੱਛੇ ਕਿੰਨੀਆਂ ਮੌਤਾਂ ਵੇਖੀਆਂ, ਅੱਤਵਾਦ ਵੇਲੇ ਕੀ ਹਾਲ ਸੀ, ਸਰਕਾਰੀ ਅੱਤਵਾਦ ਸੀ ਸਾਰਾ ਉਹ, ਬਾਕਾਇਦਾ ਹੁਣ ਉਹਦੀਆਂ ਕਿਤਾਬਾਂ ਛਾਪੀਆਂ, ਮਰੇ ਮਾਸੂਮ, ਮਰੇ ਮਾਸੂਮ, ਕਮਾਲ ਨਹੀਂ, ਭਾਵੇਂ ਹਿੰਦੂ ਮਰਿਆ ਮਾਸੂਮ, ਸਿੱਖ ਮਰਿਆ ਮਾਸੂਮ, ਸਰਕਾਰੀ ਗੁੰਡੇ ਮੌਜਾਂ ਕਰਦੇ ਆ, ਜਿੱਥੇ ਵੀ ਸਰਕਾਰੀ ਪਾਲਤੂ ਗੁੰਡੇ ਸੀਗੇ ਆਪਣੀਆਂ ਏਜੰਸੀਆਂ ਦੇ ਮੌਜਾਂ ਕਰਦੇ ਸੀ, ਅੱਜ ਵੀ ਕਰ ਰਿਹਾ, ਅੱਜ ਵੀ ਕੰਮ ਕੋਈ ਨਾ ਕੋਈ ਇਹੋ ਜਿਹੇ ਕਰਾਉਣਗੇ, ਕਰਾਉਂਦੇ ਆਏ ਗਾਂ ਵੀ ਕਰਾਉਣਗੇ, ਸਰਕਾਰ ਕੋਈ ਵੀ ਅਜੇ ਵਿੱਚ ਇਹਨੂੰ ਪਤਾ ਵੀ ਲੋਕਾਂ ਨੂੰ ਪਤਾ ਕੋਈ ਨਹੀਂ, ਉਹਨੇ ਸਾਨੂੰ ਹਿੰਦੂ ਮੁਸਲਮਾਨ ਅਤੇ ਸਿੱਖ ਬਣਾ ਲੈਣਾ, ਅਸੀਂ ਉਹਦੇ ਕਰਕੇ ਵੋਟ ਪਾ ਦੇਣੀ ਆ, ਚਾਰ ਉਹਨਾਂ ਨੇ ਖਤਰੇ ਪੱਕੇ ਕਰ ਦੇਣੇ ਆ, ਧਰਮ ਨੂੰ ਖਤਰਾ, ਹਿੰਦੁਸਤਾਨ ਨੂੰ ਕੋਈ ਖਤਰਾ ਨਹੀਂ, ਇਹਦੇ ਖਤਰਾ ਪਾਕਿਸਤਾਨ ਤੋਂ ਖਤਰਾ, ਬੰਗਲਾਦੇਸ਼ ਤੋਂ ਖਤਰਾ, ਬਰਮਾ ਤੋਂ ਖਤਰਾ, ਲੰਕਾ ਤੋਂ ਖਤਰਾ, ਪਤਾ ਤਾਂ ਲੱਗੇ, ਇਰਾਨ ਤੋਂ ਖਤਰਾ, ਇੰਗਲੈਂਡ ਤੋਂ ਖਤਰਾ, ਥੋੜ੍ਹਾ ਜਿਹਾ ਚੀਨ ਤੋਂ ਹੈ, ਚੀਨ ਦੇ ਕੀ ਚੀਜ਼ ਨੇ ਸਾਹਮਣੇ ਆਪਣੇ ਵਾਲੇ, ਕੁਛ ਵੀ ਨਹੀਂ, ਉਹ ਇੱਕ ਥਾਪੜਾ ਮਾਰਿਆ ਇਹਨਾਂ ਤੋਂ ਚੱਲਿਆ ਨਹੀਂ ਜਾਂਦਾ, ਐਡੀ ਪਾਵਰ ਆ ਉਹ, ਪਾਵਰ ਹੈ ਉਹਦੇ ਕੋਲ, ਜੋ ਇਲਾਕਾ ਪਛੜਾ ਨਹੀਂ ਸਕੇ, ਚੁੱਪ ਕਰੇ ਬੈਠੇ ਹਾਂ, ਅਤੇ ਆਪਾਂ ਖਾਈ ਪਾਕਿਸਤਾਨ ਜਾਣਾ ਵੱਡਾ, ਬਿਨਾਂ ਗੱਲ ਤੋਂ ਆਪਣੇ ਵਰਗਾ ਨੰਗ ਭੁੱਖਣਾ ਘੁਲਦਾ ਦੇਸ਼ ਹੈ, ਆਪਣੇ 'ਚੋਂ ਹੀ ਆ ਨਾ, ਆਪਣੇ DNA 'ਚ ਉਹ ਆਇਆ, ਜਿਹੋ ਜਿਹਾ ਨੰਗ ਭੁੱਖਾ ਖਾਇਆ ਉਹੋ ਜਿਹਾ ਪਾਕਿਸਤਾਨ 'ਚ ਹੈ, ਚਾਰੇ ਉਹ ਵੀ ਧੱਕੇ, ਪਾਕਿਸਤਾਨ ਦਾ ਜਿਹੜਾ ਇਲਾਕਾ ਹੈ ਨਾ ਉੱਤਰੀ ਭਾਰਤ ਦੇ ਵਿੱਚ, ਅਤੇ ਪਾਕਿਸਤਾਨ 'ਚ ਸਭ ਤੋਂ ਵਧੀਆ ਇਲਾਕਾ ਹੈ ਪਾਕਿਸਤਾਨ ਦਾ, ਹਾਂ, ਜਿੱਥੇ ਫਲ, ਕਣਕ, ਕਪਾਹ, ਚੌਲ, ਨਰਮਾ, ਹਰ ਚੀਜ਼ ਹੁੰਦੀ ਆ, ਦੁਨੀਆਂ ਦੀ ਸਭ ਤੋਂ ਵੱਧ, ਅੱਜ ਵੇਖੋ ਭੁੱਖੇ ਮਰਦੇ ਆ, ਭੁੱਖੇ ਮਰਦੇ, ਕਿੰਨੀ ਮਹਿੰਗਾਈ ਹੈ, ਕਾਰਨ ਉਹਨਾਂ ਦੀ ਵੀ ਲੀਡਰ ਹੀ ਹੈ, ਆ ਲੀਡਰ, ਉੱਥੇ ਵੀ ਇਸਲਾਮ ਨੂੰ ਖਤਰਾ, ਉੱਥੇ ਵੀ ਇਸਲਾਮ, ਹਾਂ, ਬੰਦਾ ਭੁੱਖਾ ਮਰ ਜਾਵੇ ਕੋਈ ਖਤਰਾ ਨਹੀਂ, ਊਂ ਵੈਸੇ ਖਤਰਾ ਇਸਲਾਮ ਨੂੰ, ਉੱਥੇ ਆਪਣੇ ਇੱਥੇ ਆਪਣੇ ਵਾਲੇ ਤਿੰਨ ਚਾਰ ਧਰਮਾਂ ਨੂੰ ਖਤਰਾ, ਦੁਨੀਆਂ 'ਚ ਸਾਰਿਆਂ ਨਾਲੋਂ ਵੱਧ ਆਪਣੀ ਆਬਾਦੀ, ਅਜੇ ਵੀ ਆਪਾਂ ਨੂੰ ਖਤਰਾ, ਹਜੇ ਵੀ ਆਪਾਂ ਨੂੰ ਖਤਰਾ, ਚੀਨ ਨਾਲੋਂ ਆਪਾਂ ਟੱਪ ਗਏ 26 ਲੱਖ, ਆਉਣ ਵਾਲੇ 10 ਸਾਲਾਂ 'ਚ ਚੀਨ ਝਾਕ ਉਠਾ ਤਾਂ ਵੀ ਆਹ ਕੀ ਯਾਰ, ਮੇਰੇ ਨਾਲ ਡੇਢੇ ਹੋ ਗਏ ਇਹ, ਆਪਾਂ ਟੱਪ ਗਏ, ਖਤਰਾ ਫਿਰ ਸਾਨੂੰ ਆ, ਕਮਾਲ ਨੇ, 142 ਕਰੋੜ ਆ, 142 ਕਰੋੜ ਦੇ ਵਿੱਚੋਂ 116 ਕਰੋੜ ਹਿੰਦੂ ਹੈ ਇੱਕ ਜਗ੍ਹਾ, ਦੁਨੀਆਂ ਦੇ ਕਿਸੇ ਦੇਸ਼ 'ਚ ਕੋਈ ਧਰਮ ਦਾ ਬੰਦਾ ਇੱਕ ਥਾਂ 116 ਕਰੋੜ ਨਹੀਂ ਹਿੰਦੂ ਹੈ ਜੀ, ਗੱਲ ਕਰੋ ਆਖਣ ਖਤਰਾ ਹੈ ਜੀ, ਕਿਵੇਂ ਖਤਰਾ ਹੋ ਸਕਦਾ ਜੀ, ਕਦੇ ਵੀ ਨਹੀਂ ਖਤਰਾ, ਸਿੱਖ ਨੂੰ ਖਤਰਾ ਹੈ ਕੋਈ ਖਤਰਾ ਨਹੀਂ, ਜੈਨੀ ਨੂੰ ਖਤਰਾ ਹੈ ਕੋਈ ਖਤਰਾ ਨਹੀਂ, ਬੋਧੀ ਨੂੰ ਖਤਰਾ ਹੈ ਕੋਈ ਖਤਰਾ ਨਹੀਂ, ਈਸਾਈ ਨੂੰ ਪੁੱਛੋ ਆਖਣ ਸਾਨੂੰ ਵੀ ਖਤਰਾ ਹੈ, ਸਾਨੂੰ ਵੀ ਖਤਰਾ, ਦੁਨੀਆਂ ਦੇ 212 ਕਰੋੜ ਨੇ, ਪੁੱਛ ਲਓ ਭਾਰਤ ਦਾ ਈਸਾਈ ਕੋਈ, ਮੈਨੂੰ ਬੜਾ ਖਤਰਾ, ਕੰਮ ਕਰਨਾ ਕੋਈ ਨਹੀਂ, ਪੜ੍ਹਨਾ ਕੋਈ ਨਹੀਂ, ਲੋਕਾਂ ਦੇ ਕੰਮ ਨਹੀਂ ਆਉਣਾ, ਪ੍ਰਾਈਵੇਟ ਸਕੂਲ ਖੋਲ੍ਹਣੇ ਆ ਉੱਥੇ ਲੁੱਟਣਾ, ਅੰਗਰੇਜ਼ੀ ਪੜ੍ਹਾ ਕੇ, ਅੰਗਰੇਜ਼ੀ ਪੜ੍ਹਾ ਕੇ ਕਰਦੇ ਕਿ ਨਹੀਂ ਕਰਦੇ, ਹਾਂ ਬਾਪੂ ਇੱਕ ਗੱਲ ਦੱਸਿਓ, ਜਦੋਂ ਆਪਣੇ ਗੁਰੂ ਨਾਨਕ ਦੇਵ ਜੀ ਇਹ ਮੱਥਾ ਮਾਰ ਰਹੇ ਸੀ ਲੋਕਾਂ ਨਾਲ ਵੀ ਸੂਰਜ ਨੂੰ ਪਾਣੀ ਦੇਣ ਅਤੇ ਹੋਰ ਚੀਜ਼ਾਂ 'ਤੇ, ਉਦੋਂ ਯੂਰਪ ਵਾਲੀ ਕੰਟਰੀਆਂ 'ਚ ਕੀ ਚੱਲ ਰਿਹਾ ਸੀ, ਲਿਆ ਯੂਰਪ ਦੇ ਵਿੱਚ ਉਦੋਂ ਵਿਗਿਆਨ ਵੱਧ ਰਿਹਾ ਸੀ, ਅੱਛਾ, ਬਾਬਾ ਵੇਖੋ ਰੋਮ ਤੱਕ ਗਿਆ ਸੀ, ਬਾਬਾ ਗਿਆ ਸੀ ਉਸ ਵਕਤ,
ਜਿਹੜੇ ਵਿਗਿਆਨੀ ਪੈਦਾ ਹੋ ਰਹੇ ਸੀ ਨਾ ਰੋਮ ਦੇ ਵਿੱਚ, ਇਟਲੀ ਦੇ ਵਿੱਚ, ਇੰਗਲੈਂਡ 'ਚ ਨਹੀਂ, ਇਟਲੀ 'ਚ, ਠੀਕ ਹੈ, ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਜਾਂਦਾ ਸੀ, ਜਿਵੇਂ ਬਰੂਨਾਂ ਨੂੰ ਸਾੜਤਾ ਸੀ ਜਿਉਂਦੇ ਨੂੰ, ਠੀਕ ਹੈ। ਉਹਨੇ ਇਹੀ ਕਿਹਾ ਸੀ ਨਾ ਵੀ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਉੱਥੇ ਪ੍ਰਚਲਿਤ ਹੈ ਵੀ ਸੂਰਜ ਧਰਤੀ ਦੁਆਲੇ ਘੁੰਮਦਾ, ਠੀਕ ਹੈ, ਆਹੀ ਗੱਲ ਹੈ। ਇਸੇ ਤਰ੍ਹਾਂ ਇੱਕ ਹੋਰ ਵਿਗਿਆਨੀ ਸੀਗਾ ਹੈਂ, ਅਤੇ ਇਹ ਉਦੋਂ ਚੱਲ ਰਿਹਾ ਸੀ, ਬਾਬੇ ਦਾ ਅਧਿਐਨ ਵੱਡਾ ਸੀ ਕਿਉਂਕਿ ਬਾਬਾ ਅਰਬੀ ਫਾਰਸੀ ਦਾ ਵਿਦਵਾਨ ਸੀ, ਠੀਕ ਹੈ। ਅਰਬੀ ਫਾਰਸੀ ਉਸ ਵਕਤ ਦੁਨੀਆਂ ਦੇ ਵਿੱਚ ਸਾਰੇ ਭਾਸ਼ਾਵਾਂ ਯੂਰਪ 'ਚ ਵੀ ਸਮਝੀ ਅਤੇ ਬੋਲੀ ਅਤੇ ਲਿਖੀ ਜਾਂਦੀ ਸੀ। ਅੱਛਾ, ਐਡਾ ਵੱਡਾ ਪਸਾਰਾ ਸੀ ਫਾਰਸੀ, ਉਹਦਾ ਸਾਰਾ ਏਸ਼ੀਆ, ਠੀਕ ਹੈ, ਸਾਰਾ ਮੱਧ ਏਸ਼ੀਆ, ਠੀਕ ਹੈ, ਸਾਰਾ ਅਫਰੀਕਾ, ਸਾਰੇ ਅਰਬ, ਠੀਕ ਹੈ, ਠੀਕ ਹੈ, ਅਤੇ ਯੂਰਪ ਦੇ ਵਿੱਚ ਵੀ ਸੀਗੇ, ਅਤੇ ਇਸ ਕਰਕੇ ਬਾਬਾ ਉਹਨਾਂ ਵਿਚਾਰਾਂ ਤੋਂ ਪ੍ਰਭਾਵਿਤ ਸੀ ਅਤੇ ਬਾਬੇ ਦੀ ਆਪਣੀ ਸੋਚ ਅਤੇ ਚਿੰਤਨ ਵੀ ਸੀਗਾ, ਠੀਕ ਹੈ। ਹਾਂ, ਬਾਬਾ ਉਧਰੋਂ ਐਨਾਲਿਸਿਸ ਕਰਕੇ ਵੀ ਦੇਖਦਾ ਸੀ, ਪਤਾ ਸੀ ਵੀ ਆ ਕਹਾਣੀ ਆ। ਬਾਬਾ ਸਿਆਣਾ ਸੀ, ਬਹੁਤ ਵਿਦਵਾਨ ਸੀ ਆਪਣੇ ਵੇਲੇ ਦਾ, ਵਾਜੀ ਵਾਹ। ਦੇਖੋ, ਅਰਬੀ, ਫਾਰਸੀ, ਸੰਸਕ੍ਰਿਤ, ਹਿੰਦੀ, ਪੰਜਾਬੀ, ਸਿੰਧੀ, ਕਿੰਨੀਆਂ ਭਾਸ਼ਾਵਾਂ ਸੀ ਜੀ, ਬ੍ਰਿਜ ਭਾਸ਼ਾ, ਇੰਨੀਆਂ ਭਾਸ਼ਾਵਾਂ ਦਾ ਗਿਆਨ ਸੀ, ਕਿੰਨੇ ਉਹਦੇ ਕੋਲ ਸ਼ਬਦ ਨੇ। ਜੇ ਗੁਰਬਾਣੀ ਨੂੰ ਸਹੀ ਤਰ੍ਹਾਂ ਵਿਆਖਿਆ ਕਰੋ ਅਤੇ ਉਹਦਾ ਕੀਤਾ ਜੀ, ਤੁਸੀਂ ਕਹੋ ਬਾਬਿਆ ਇੰਨੀਆਂ ਭਾਸ਼ਾਵਾਂ ਬੋਲਦਾ ਸੀ, ਹੁਣ ਕਿਸੇ ਨੂੰ ਇੱਕ ਨਹੀਂ ਆਉਂਦੀ, ਇੱਕ ਨਹੀਂ ਆਉਂਦੀ। ਗੁਰੂ ਨਾਨਕ ਅਤੇ ਗੁਰੂ ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਦੁਨੀਆਂ ਦੇ ਜਿੰਨੇ ਪੀਰ ਪੈਗੰਬਰ ਹੋਏ ਆ, ਹਾਂਜੀ, ਕਿਸੇ ਵੀ ਧਰਮ ਦੇ, ਠੀਕ ਹੈ, ਉਹਨਾਂ ਤੋਂ ਵੱਧ ਪੜ੍ਹੇ ਲਿਖੇ ਸੀ। ਅੱਛਾ, ਹਾਂ, ਭਾਵਾਂ ਮੂਸਾ, ਹਾਂ, ਭਾਵਾਂ ਈਸਾ, ਠੀਕ ਹੈ, ਭਾਵਾਂ ਮੁਹੰਮਦ ਸਾਹਿਬ ਹੈ, ਠੀਕ ਹੈ, ਭਾਵਾਂ ਰਾਮ ਹੈ ਅਤੇ ਭਾਵਾਂ ਕ੍ਰਿਸ਼ਨ ਹੈ, ਠੀਕ ਹੈ, ਭਾਵਾਂ ਜੈਨੀ ਹੈ ਅਤੇ ਭਾਵਾਂ ਬੁੱਧ ਹੈ, ਠੀਕ ਹੈ, ਸਭ ਤੋਂ ਵੱਧ ਤੁਸੀਂ ਪੜ੍ਹਿਆ, ਸਭ ਤੋਂ ਵੱਧ ਪੜ੍ਹੇ ਸੀ। ਉਹ ਗੱਲ ਵੱਖਰੀ ਕਿ ਪੰਜਾਬ ਦੇ ਬੰਦੇ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਪੜ੍ਹਦੇ ਨਹੀਂ, ਹੁਣ ਅਜੇ ਪੜ੍ਹਦੇ ਨਹੀਂ, ਉਹਨਾਂ ਵੀ ਪੜ੍ਹਦੇ ਨਹੀਂ, ਮੁੱਛ ਨੂੰ ਤਾਂ ਦੇਈ ਜਾਂਦੇ ਆ, ਕੱਲਾ ਮੰਨੀ ਜਾਂਦੇ ਆ, ਉਹਨੇ ਬਸ ਮੁੱਛ ਨੂੰ ਤਾਂ, ਵੀ ਅਸੀਂ ਬਹਾਦਰ ਹੁੰਦੇ ਹਾਂ, ਅਸੀਂ ਵਿਦਵਾਨ ਬਣੋ, ਹਾਂ ਵਿਦਵਾਨ ਬਣੋ। ਬਾਬੇ ਨਾਨਕ ਨੇ ਵਿੱਦਿਆ ਨਾਲ ਲੋਕਾਂ ਨੂੰ ਪੜ੍ਹਾਇਆ ਸੀ, ਔਰ ਬਾਬਾ ਬਿਨਾਂ ਸੱਦੇ ਜਾਂਦਾ ਸੀ ਜਿੱਥੇ ਕਿਤੇ ਜਾਂਦਾ ਸੀ, ਠੀਕ ਹੈ, ਅਗਲੇ ਦੇ ਕੇਂਦਰ 'ਚ ਜਾ ਕੇ ਵਿਗਾੜ ਪਾਉਂਦਾ ਸੀ, ਵੀ ਆਓ ਕੋਈ ਗੱਲ ਕਿੰਨੀ ਵੱਡੀ ਗੱਲ ਸੀ, ਇਹ ਸੀ ਉਸ ਸਮੇਂ ਜ਼ਰੂਰਤ ਚਾਹੀਦੀ ਸੀ, ਜ਼ਰੂਰਤ ਚਾਹੀਦੀ ਸੀ, ਪੁਜਾਰੀ ਦੇ ਘਰੇ ਜਾਣਾ ਔਰ ਮੱਕੇ ਤੱਕ ਜਾਣਾ, ਇਧਰਲੇ ਪਾਸੇ ਹਿੰਦੂ ਆਪਣੇ ਧਰਮਾਂ ਦੇ ਵਿੱਚ ਜਾਣਾ, ਅਤੇ ਉਹਨਾਂ ਦਾ ਬਹੁਤ ਵੱਡਾ ਕਬਜ਼ਾ ਸੀ, ਅਤੇ ਉੱਥੇ ਬਾਬਾ ਬੋਲਦਾ ਸੀ, ਦੱਸਦਾ ਸੀ, ਸਹੀ ਢੰਗ ਨਾਲ ਤਰਕ ਨਾਲ ਗੱਲ ਕਰਦਾ ਸੀ। ਮਤਲਬ ਇੱਕ ਗੱਲ ਹੈ ਵੀ ਆਪਾਂ ਹੁਣ ਵੀ ਆਪਾਂ ਬੋਲਣਾ ਹੋਵੇ, ਹਾਲਾਂਕਿ ਆਪਾਂ ਕਹਿੰਦੇ ਹਾਂ ਯਾਦ ਆ ਸਾਰਾ ਕੁਛ ਆ, ਹੁਣ ਵੀ ਆਪਾਂ ਨੂੰ ਡਰ ਲੱਗਦਾ ਰਹਿੰਦਾ, 295 ਦਾ ਵੀ ਡਰ ਲੱਗਦਾ ਰਹਿੰਦਾ। ਹਾਂ, ਅਸੀਂ ਜਦੋਂ ਕੋਈ ਬੋਲਦੇ ਹਾਂ, ਹਾਂ, ਅਸੀਂ ਕਿਸੇ ਦੀ ਬੇਇੱਜ਼ਤੀ ਕਰਨ ਲਈ ਬੋਲਦੇ ਹਾਂ, ਹਾਂ, ਬਾਬਾ ਜਿਹੜਾ ਸੀ ਉਹ ਕਰਮ ਕਾਂਡ ਦੇ ਵਿਰੁੱਧ ਬੋਲਦਾ ਸੀ, ਬੇਇੱਜ਼ਤੀ ਨਹੀਂ ਨਾ ਕਰਦਾ ਸੀ, ਆਪਾਂ ਲਾ ਕੇ ਬੋਲਦੇ ਹਾਂ, ਆਪਾਂ ਲਾ ਕੇ ਬੋਲਦੇ ਹਾਂ, ਉਹ ਕਹਿੰਦਾ ਵੀ ਹਿੰਦੂ ਉਹਨਾਂ ਤੁਰਕੂ ਕਾਣਾ, ਹਾਂ, ਉਹ ਕਹਿੰਦਾ ਵੀ ਹਿੰਦੂ ਤਾਂ ਜਮੀ ਜਾਂਦਾ ਹੈ, ਸਮਝ ਪਾਈ ਵੀ ਅਸੀਂ ਪੜ੍ਹਨੇ ਨਹੀਂ, ਹਾਂ, ਤੁਰਕੂ ਕੌਣ ਸੀ, ਤੁਰਕ ਇਹ ਕੁਝ ਨਾ ਕੁਝ ਪੜ੍ਹਦੇ ਵੀ ਸੀਗੇ, ਨਵਾਂ ਨਵਾਂ ਇਸਲਾਮ ਧਾਰਨ ਕੀਤਾ ਸੀਗਾ, ਠੀਕ ਹੈ, ਇਹਨਾਂ ਕੋਲ ਗਿਆਨ ਵੀ ਸੀ, ਰਾਜਸੱਤਾ ਵੀ ਸੀ, ਹਿੰਦੂ ਕੋਲ ਨਾ ਗਿਆਨ ਸੀ ਨਾ ਰਾਜਸੱਤਾ ਸੀ, ਗੁਲਾਮੀ ਸੀ, ਤਾਂ ਕਰਕੇ ਇਹਨੂੰ ਇਹਨਾਂ ਕਿਹਾ, ਠੀਕ ਹੈ, ਠੀਕ ਹੈ ਨਾ। ਪਰ ਦੋਹਾਂ 'ਤੇ ਬ੍ਰਹਮ ਗਿਆਨੀ ਸਿਆਣਾ, ਬ੍ਰਹਮ ਗਿਆਨੀ ਕੌਣ ਹੈ, ਜਿਹੜਾ ਇਹਨਾਂ ਜਿਹੜੇ ਇਹਨੂੰ ਚੇਤਨਾ ਹੈ, ਵਿਵੇਕ ਹੈ, ਇਨਸਾਨੀ ਵਿਵੇਕ ਹੈ, ਉਹ ਸਿਆਣਾ ਉਹ ਸੀਗਾ, ਹਾਂ, ਜਿਹਨੂੰ ਬ੍ਰਹਮ ਦਾ ਗਿਆਨ ਹੈ, ਇਹ ਚੀਜ਼ ਕਹੀ ਸੀ। ਪਰ ਜਿਵੇਂ ਹੁਣ ਆਪਾਂ ਉਹੀ ਗੱਲ ਤੁਹਾਡੀ ਵਾਲੀ ਗੱਲ ਵੀ ਜਿਵੇਂ ਪਿਛਲੇ ਦਿਨ ਵੀ ਆਪਾਂ ਕਈ ਘਟਨਾਵਾਂ ਦੇਖੀਆਂ ਵੀ ਉਹ ਫਲਾਣੇ ਦੇ ਦੇਵ ਗੁਰੂ 'ਚ ਇੰਨਾ ਦਮ ਹੁੰਦਾ, ਉਹ ਐਂ ਕਰ ਲੈਂਦਾ, ਫਲਾਣੇ 'ਚ ਇੰਨਾ ਦਮ ਹੁੰਦਾ, ਉਹ ਅੱਗ ਵੀ ਆਪਾਂ ਨੀਵਾਂ ਦਿਖਾਉਣ ਲਈ ਕੀਤੀ ਕਿੱਦਾਂ, ਖੈਰ ਨਹੀਂ, ਗੁਰੂ ਕਿੱਥੇ ਕਿੱਥੇ ਆਵੇ, ਹਾਂ, ਗੁਰੂ ਇੱਕ ਮਨੁੱਖੀ ਜਾਮੇ 'ਚ ਹੈ, ਠੀਕ ਹੈ, ਆਪਦੀ ਉਮਰ ਭੋਗ ਕੇ ਤੁਰ ਗਿਆ, ਉਦੋਂ ਬਾਅਦ ਤੁਹਾਡੇ ਕੋਲ ਕਿੱਥੋਂ ਆਜੂ ਜੀ ਉਹ, ਤੁਸੀਂ ਜਿਉਂਦੇ ਕਰ ਲਓ, ਅਕਸਰ ਕਹਿੰਦੇ ਨਾ ਭਗਤ ਸਿੰਘ ਨੂੰ ਆਉਣਾ ਹੀ ਪਊ, ਅਕਸਰ ਕਹਿੰਦੇ ਆ ਨਾ, ਲੱਗਦਾ ਭਗਤ ਸਿੰਘ ਨੂੰ ਫਿਰ ਆਉਣਾ ਪਊ, ਇਹਨੂੰ ਪੁੱਛੇ ਤੁਹਾਡੇ ਕੋਲ ਚੱਲਿਆ, ਤੁਸੀਂ ਕੀ ਕਰਦੇ ਹੋ, ਭਗਤ ਸਿੰਘ ਦੁਆਰੇ ਤੁਹਾਡੇ ਕੋਲ ਆਵੇ, ਤੁਸੀਂ ਕਰੋ ਜੋ ਕੁਛ ਕਰਨਾ, ਸਮਾਂ ਭਗਤ ਸਿੰਘ ਨੇ ਤਾਂ ਬੜੇ ਦੁੱਖ ਸਹਿ ਕੇ ਤੁਹਾਨੂੰ ਸਾਰਾ ਕੁਝ ਦੱਸਤਾ, ਤੁਸੀਂ ਉਸੇ ਨੂੰ ਲਾਗੂ ਕਰ ਲਓ, ਸਹੀ ਹੈ, ਸਾਡਾ ਧੰਦਾ ਹੈ, ਅਸੀਂ ਨਹੀਂ ਕੁਛ ਕਰਨਾ, ਸਾਡੇ ਲਈ ਪੀਰ ਪੈਗੰਬਰ ਬਾਹਰੋਂ ਆ ਜਾਏ ਜਾਂ ਭਗਤ ਸਿੰਘ ਦੁਆਰੇ ਆ ਜਾਏ, ਅਸੀਂ ਤਾਂ ਯਾਸ਼ੀ ਕਰਨੀ, ਜਦੋਂ ਮਰਜ਼ੀ ਕਰਾ ਲਓ, ਜਿਹੜਾ ਮਰਜ਼ੀ ਰਾਜਸੱਤਾ ਆ ਜਾਏ ਅਸੀਂ ਉਹਦੇ ਨੂੰ ਵੋਟ ਵੀ ਪਾ ਦੇਣੀ ਹੈ, ਅਸੀਂ ਉਹਦੇ ਪੈਰਾਂ 'ਚ ਵੀ ਬਹਿ ਜਾਣਾ, ਜੀ ਹਜ਼ੂਰ ਵੀ ਕਰੀ ਜਾਣਾ, ਜਨਾਬ ਵੀ ਕਹਿ ਦੇਣਾ, ਸਾਹਿਬ ਵੀ ਕਹਿਣਾ, ਮਹਾਰਾਜ ਵੀ ਕਹਿ ਦੇਣਾ, ਵੱਡੀਆਂ ਵੱਡੀਆਂ ਗੱਲਾਂ ਕਹਿ ਦੇਣਾ, ਯੋਰ ਓਨਰ ਕਹਿ ਦੇਣਾ, ਮੀ ਲਾਰਡ ਕਹਿ ਦੇਣਾ, ਬੜਾ ਧੰਦਾ ਗੁਲਾਮਾਂ ਦਾ, ਭਾਰਤ ਦੇ ਲੋਕਾਂ ਦਾ, ਖਾਸ ਤੌਰ 'ਤੇ ਰਾਜ ਕਰਦਾ ਸ਼੍ਰੇਣੀ ਦੇ ਜਿਹੜੇ ਇਹਨਾਂ ਦੇ ਦਲਾਲਾਂ ਦਾ, ਇਹ ਧੰਦਾ। ਹਾਂ, ਕੁਛ ਸ਼੍ਰੇਣੀ ਵਿਚਾਰੇ ਬਹੁਤ ਮਾਸੂਮ ਵੀ ਹੈ, ਉਹਨਾਂ ਨੂੰ ਪਤਾ ਨਹੀਂ ਵੀ ਸਾਡੇ ਨਾਲ ਹੋ ਕੀ ਰਿਹਾ, ਇਹ ਵੀ ਹੈ, ਭਾਰਤ ਦੀ ਬਹੁਤ ਹੀ ਵੱਡੀ ਜਿਹੜੀ ਗਿਣਤੀ ਹੈ ਨਾ, ਉਹ ਕਿਰਤ ਕਰਕੇ ਖਾਣ ਵਾਲੀ ਆ, ਉਹਨਾਂ ਨੂੰ ਪਤਾ ਨਹੀਂ ਵੀ ਸਾਨੂੰ ਕੌਣ ਲੁੱਟ ਰਿਹਾ, ਕੌਣ ਕੁੱਟ ਰਿਹਾ, ਉਹ ਭਾਣਾ ਮੰਨੀ ਜਾਂਦੇ ਵਿਚਾਰੇ, ਭਾਣਾ ਮੰਨੀ ਜਾਂਦੇ, ਅਸੀਂ ਸਿਖਾ ਤਾ ਵੀ ਭਾਣਾ ਮੰਨ ਲਓ,
ਪਹਿਲਾਂ ਬਣੀ ਪਰਾ ਲਬਤ ਪਿੱਛੋਂ ਬਣਿਆ ਸਰੀਰ ਤੇ ਤੁਲਸੀ ਰਾਮਾ ਬਾਚਣ ਲੱਗਿਆ ਮਨ ਨੀ ਵੱਜਦਾ ਧੀਰ ਪਹਿਲਾਂ ਪਰਾ ਲਬਤ ਬਣੀ ਆ ਬੰਦੇ ਦਾ ਸਰੀਰ ਮਗਰੋਂ ਆਇਆ ਗੱਲ ਮੁਕਾਤੀ ਇਹਨਾਂ ਨੇ ਤਾਂ ਵੀ ਜੋ ਕੋਈ ਥੋੜੇ ਤੁਹਾਨੂੰ ਦੁੱਖ ਸੁੱਖ ਆਏ ਤਾਂ ਪਹਿਲਾਂ ਤੈਅ ਇਹਦਾ ਮਤਲਬ ਹੈ ਕਿ ਰਾਜ ਸੱਤਾ ਬਰੀ ਕਰਤੀ ਦੁੱਖ ਸੁੱਖ ਪਹਿਲਾਂ ਥੋੜਾ ਤੈਅ ਕਰਤਾ ਮਨ ਨੂੰ ਫਿਰ ਕਾਹਦਾ ਧੀਰ ਜਾ ਖਾਈ ਜਾਓ ਤੱਕੇ ਇਹ ਧਰਮ ਵੀ ਇਹਨਾਂ ਗੱਲਾਂ ਲੁਟੇਰੀ ਸ਼੍ਰੇਣੀ ਦੇ ਨਾਲ ਖੜਾ ਹੁੰਦਾ ਖੜਾ ਹੁੰਦਾ ਧਰਮ ਦਾ ਕਰਮ ਕਾਂਡ ਧਰਮ ਦਾ ਸਪਿਰਚੁਅਲਿਜ਼ਮ ਅਤੇ ਨੈਤਿਕਤਾ ਨਹੀਂ ਇਹਨਾਂ ਦਾ ਸਾਥ ਦਿੰਦੀ ਕਰਮ ਕਾਂਡੀ ਅਤੇ ਪੁਜਾਰੀ ਵਰਗ ਪੁਜਾਰੀ ਦਾ ਕੰਮ ਹੈ ਕਰਮ ਕਾਂਡ ਨਾਲ ਉਹ ਉਹਨਾਂ ਨਾਲ ਖੜਾ ਹੋਊਗਾ ਉਹਨਾਂ ਨਾਲ ਖੜਾ ਉਹ ਇਹ ਗੱਲ ਆ ਵੀ ਆਪਣੇ ਲੋਕ ਇਹੀ ਗੱਲ ਵੀ ਤੇਰੀ ਕਿਸਮਤ 'ਚ ਅਸੀਂ ਆਪਣੇ ਪਿੰਡਾਂ 'ਚ ਵੀ ਕਹਿ ਦਿੰਦੇ ਹਾਂ ਅਕਸਰ ਤੇਰੀ ਕਿਸਮਤ ਉਹਨੂੰ ਪੁੱਛਣਾ ਹੋਵੇ ਰਾਜੇ ਦੀ ਕਿਹੜੀ ਕਿਸਮਤ ਹੈ ਹਾਂ ਉਹਨੇ ਜਿਹੜਾ ਰਾਜਾ ਇਸ ਵਕਤ ਕੋਈ ਵੀ ਚੱਜ ਦਾ ਕੰਮ ਨਹੀਂ ਕਰਦਾ ਹਾਂ ਸਵਾਏ ਉਹ ਮਤਲਬ ਖੇਹ ਖਾਣ ਤੋਂ ਹਾਂ ਅਤੇ ਤੁਸੀਂ ਕਿਵੇਂ ਕਹਿੰਦਾ ਕਿ ਪਿਛਲੇ ਜਨਮ 'ਚ ਉਹ ਭਗਤੀ ਕਰਕੇ ਆਇਆ ਇਹੀ ਗੱਲ ਆ ਪਿਛਲੇ ਜਨਮ ਦੀ ਭਗਤੀ ਇਸ ਜਨਮ ਦਾ ਸਰਟੀਫਿਕੇਟ ਨਹੀਂ ਮਿਲਦਾ ਪਿਛਲੇ ਜਨਮ ਦੀ ਸਰਟੀਫਾਈਡ ਕਾਪੀ ਦੇ ਦਿੰਦੇ ਉਹਨੂੰ ਦਿੰਦੇ ਕਿ ਨਹੀਂ ਆਪਣੇ ਜਿੰਨੇ ਪੁਜਾਰੀ ਆ ਦੇ ਦਿੰਦੇ ਆ ਉਹ ਕਹਿੰਦੇ ਪਹਿਲਾਂ ਪੌਣੇ ਕੰਮ ਕੀਤੇ ਹੋਣਗੇ ਤਾਂ ਜੀ ਰਾਜ ਭੋਗਦਾ ਹੈਂ ਜਿਵੇਂ ਕਹਿੰਦੇ ਵੀ ਰਾਜੋ ਨਰਕ ਪਹਿਲਾਂ ਭਗਤੀ ਕਰੋ ਤਪੋ ਰਾਜ ਰਾਜੋ ਨਰਕ ਵੀ ਨਹੀਂ ਕੋਈ ਪਿੱਛੋਂ ਤਪ ਤਪ ਕਰਕੇ ਆਇਆ ਸਾਰੇ ਰਾਜਿਆਂ ਨੂੰ ਤਪ ਕਰਨ ਦਾ ਅਧਿਕਾਰੀ ਬਣਾਇਆ ਵੀ ਇਹ ਤਪ ਕਰਕੇ ਆਇਆ ਜਿਹੜੇ ਗਰੀਬ ਹੈ ਇਹ ਵਿਚਾਰੇ ਤਪ ਨਹੀਂ ਕੀਤਾ ਬਸ ਥੋੜ੍ਹਾ ਪਾਪ ਕੀਤਾ ਥੋੜ੍ਹਾ ਪਾਪ ਕੀਤਾ ਫਿਰ ਰਾਜ ਦਾ ਸਿਰ ਵੱਢਣਾ ਜੇ ਉਹਨੇ ਕੰਮ ਹੀ ਕੋਈ ਨਹੀਂ ਕਰਨਾ ਸਵਾਇਆ ਯਾਸ਼ੀ ਤੋਂ ਫਿਰ ਰਾਸਤ ਕਿਸ ਕੰਮ ਹੈ ਰਾਸਤ ਦਾ ਮਤਲਬ ਦੇਸ਼ ਦੀ ਰਾਖੀ ਲੋਕਾਂ ਦੀ ਰਾਖੀ ਉਹਨਾਂ ਦੇ ਕਾਰੋਬਾਰ ਦੀ ਰਾਖੀ ਰੁਜ਼ਗਾਰ ਦੀ ਰਾਖੀ ਸਤਿਕਾਰ ਦੀ ਰਾਖੀ ਉਹਦਾ ਕਰਨਾ ਹੀ ਨਹੀਂ ਹੈ ਇਹ ਜਿਵੇਂ ਹੁਣ ਆਪਾਂ ਸਰਕਾਰਾਂ ਨੂੰ ਜਾਂ ਲੀਡਰਾਂ ਨੂੰ ਤਾਂ ਲਗਾਤਾਰ ਕਹਿੰਦੇ ਰਹਿੰਦੇ ਹਾਂ ਭਾਈ ਕੀ ਲੱਗਦਾ ਵੀ ਲੋਕਾਂ ਦਾ ਕਿੱਡਾ ਕਸੂਰ ਆ ਵੀ ਲੋਕ ਜਿਹੜੇ ਕੁਛ ਲਾਲਚਾਂ ਦੀ ਖਾਤਰ ਉਹੀ ਗੱਲ ਕੁਛ ਪਿੱਛੇ ਲੱਗਣ ਦੀ ਖਾਤਰ ਕੁਛ ਪੂਛਾਂ ਲਵਾਉਣ ਦੀ ਖਾਤਰ ਵੀ ਆਪਦੇ ਉਹਨਾਂ ਮਗਰੀ ਚੱਲ ਪੈਂਦੇ ਆ ਫਿਰ ਉਹਨਾਂ ਨੂੰ ਚੁਣ ਲੈਂਦੇ ਆ ਲੋਕਾਂ ਨੂੰ ਕਿੰਨਾ ਕੁ ਬੜਾ ਦੋਸ਼ੀ ਮੰਨਦੇ ਇਹ ਬਿਲਕੁਲ ਲੋਕ ਰਾਜ ਦੇ ਵਿੱਚ ਜਿਹੜਾ ਨਾਗਰਿਕ ਹੈ ਲੋਕ ਰਾਜ ਦੇ ਵਿੱਚ ਨਾਗਰਿਕ ਦਾ ਫਰਜ਼ ਹੈ ਲੋਕ ਰਾਜ ਦੇ ਹਿੱਤ ਵਿੱਚ ਕੰਮ ਕਰਨਾ ਆਪਦੀ ਵੋਟ ਦੀ ਵਰਤੋਂ ਸਹੀ ਜਗ੍ਹਾ ਕਰਨੀ ਇਹ ਪੱਕੀ ਗੱਲ ਹੈ ਜੇ ਨਾਗਰਿਕ ਨੂੰ ਨਹੀਂ ਪਤਾ ਵੀ ਮੇਰੇ ਕੀ ਫਰਜ਼ ਨੇ ਅਤੇ ਮੇਰੇ ਕੀ ਅਧਿਕਾਰ ਨੇ ਫਿਰ ਉਹਨੇ ਕੀ ਕਰਨਾ ਜਦੋਂ ਉਹਨੂੰ ਨਾਗਰਿਕ ਨੂੰ ਆਪਦੇ ਫਰਜ਼ਾਂ ਦੇ ਅਧਿਕਾਰਾਂ ਦਾ ਪਤਾ ਨਹੀਂ ਅਤੇ ਕਿਸੇ ਤਿੰਨ ਪੈਸੇ ਦੇ ਬੰਦੇ ਪੋਲੀਟੀਸ਼ੀਅਨ ਮਗਰ ਲਾ ਕੇ ਕੋਈ ਨਾ ਕੋਈ ਚੀਜ਼ ਲੈਣ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਕਦੇ ਸ਼ਰਾਬ ਦਾ ਪਊਆ ਪਿਆਤਾ ਕਦੇ 100-50 ਰੁਪਇਆ ਦੇਤਾ ਕਦੇ ਖੁੱਲ੍ਹਾ ਲੰਗਰ ਲਾਤਾ ਜਦੋਂ ਕਦੇ ਵੋਟਾਂ ਪੈਂਦੀਆਂ ਹੁੰਦੀਆਂ ਵੇਖੋ ਤਾਂ ਪੋਲੀਟੀਸ਼ੀਅਨ ਦਾ ਲੰਗਰ ਲੱਗਿਆ ਹੁੰਦਾ ਵੀ ਜਿੰਨਾ ਮਰਜ਼ੀ ਚਾਹ ਪੀਓ ਜਦੋਂ ਮਰਜ਼ੀ ਪੀਓ ਜਿੰਨੀ ਮਰਜ਼ੀ ਰੋਟੀ ਖਾਓ ਅੰਦਰ ਆ ਪਿੱਛੇ ਜਿਹਾ ਯੂਟਿਊਬ 'ਤੇ ਆ ਰਿਹਾ ਸੀਗਾ ਨਾ ਨਾਲੇ ਕੁੱਕੜ ਦੇਈ ਜਾਂਦੇ ਸੀਗੇ ਕਰਨਾਟਕ 'ਚ ਅਤੇ ਨਾਲੇ ਇੱਕ ਪਊਆ ਲੋਕ ਲੈ ਰਹੇ ਸੀ ਸਿੱਧਾ ਹੀ ਡਾਇਰੈਕਟ ਕੁੱਕੜੀ ਦੇ ਜਾਂਦੇ ਇਹ ਜਦੋਂ ਇਹ ਚੀਜ਼ ਹੈ ਇਹ ਨਾਗਰਿਕ ਦਾ ਕਸੂਰ ਹੈ ਲੋਕ ਰਾਜ ਦੇ ਵਿੱਚ ਨਾਗਰਿਕ ਕਰਕੇ ਹੀ ਲੋਕ ਰਾਜ ਬਣਿਆ ਰਹਿਣਾ ਜੇ ਨਾਗਰਿਕ ਨੂੰ ਆਪਣੇ ਫਰਜ਼ਾਂ ਦਾ ਨਹੀਂ ਪਤਾ ਹਾਂਜੀ ਉਹਨੂੰ ਆਪਣੀ ਚੇਤਨਾ ਨਹੀਂ ਅਤੇ ਫਿਰ ਤਾਂ ਕੁਦਰਤੀ ਘਰ ਚੋਰਾਂ ਨੇ ਤੇਰੇ ਕਬਜ਼ਾ ਕਰ ਲੈਣਾ ਔਰ ਕਰ ਰਹੇ ਨੇ ਲਗਾਤਾਰ ਕਰ ਰਹੇ ਨੇ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਇਹਨਾਂ ਨੇ ਆਪਣਾ ਵਿਕਾਸ ਨਹੀਂ ਕੀਤਾ ਸਤਿਆਨਾਸ਼ ਹੀ ਕੀਤਾ ਭਾਈ ਇੱਕ ਗੱਲ ਤਾਂ ਇਹ ਵੀ ਹੈ ਵੀ ਜੇ ਲੀਡਰ ਹੈ ਲੋਕ ਹੈ ਚਾਹੇ ਇੱਕ ਮਤਲਬ ਸਮਾਜ ਹੀ ਸਾਡਾ ਐਡਾ ਵੀ ਲੋਕ ਦਾ ਲਾਉਣ ਦੀ ਕਰਦੇ ਜਿੱਥੇ ਲੱਗਦਾ ਇਹ ਵੀ ਤਾਂ ਹੈ ਨਾ ਵੀ ਜਿਹਦਾ ਦਾ ਲਾ ਗਿਆ ਵੀ ਹੁਣ ਉਹਦਾ ਜ਼ੋਰ ਹੀ ਵਿਚਾਰੇ ਦਾ ਆਟਾ ਦਾਲ ਲੈਣ ਤੱਕ ਉਹ ਲੈ ਜਾਂਦਾ ਜਿਹਦਾ ਉਹਨੂੰ ਆਟਾ ਦਾਲ ਤੱਕ ਉਹਨੂੰ ਸੀਮਿਤ ਕਰ ਦਿਓ ਉਹਨੂੰ ਰੁਜ਼ਗਾਰ ਨਹੀਂ ਦੇਣਾ ਉਹਨੂੰ ਵਿੱਦਿਆ ਨਾ ਦਿਓ ਜਿਹਦੇ ਕੋਲ ਵਿੱਦਿਆ ਨਹੀਂ ਰੁਜ਼ਗਾਰ ਨਹੀਂ ਸਿਹਤ ਨਹੀਂ ਉਹਦਾ ਜਿਹੜਾ ਪਸੀਰੀ ਘਾਟਾ ਹੀ ਮਿਲ ਜੇ ਪਸੀਰੀ ਘਾਟਾ ਹੈਂ ਉਹ ਜਾਣੇ ਹੈਂ ਅੱਧ ਕਿਲੋ ਚਾਹ ਮਿਲ ਜੇ ਹੈਂ ਕਿਤੇ ਮੋਸ ਦਾ ਲੰਗਰੀ ਮਿਲ ਜੇ ਬੰਦੇ ਨੂੰ ਮੰਗਤਾ ਬਣਾ ਦਿੰਦੇ ਇਹ ਸਿਸਟਮ ਦੇ ਨਾਲ ਬਣਾਇਆ ਜਾਂਦਾ ਬੰਦਾ ਕਿਉਂਕਿ ਜਿਹੜੀਆਂ ਰਾਜ ਕਰਦਾ ਸ਼੍ਰੇਣੀਆਂ ਉਹ ਚਾਹੁੰਦੀਆਂ ਕਿ ਬੰਦੇ ਨੂੰ ਮੰਗਤਾ ਬਣਾ ਦਿਓ ਲੋਕ ਰਾਜ ਚਾਹੁੰਦਾ ਕਿ ਬੰਦੇ ਨੂੰ ਆਪਦੇ ਆਪਣੇ ਹੱਕਾਂ ਦਾ ਪਤਾ ਹੋਣਾ ਚਾਹੀਦਾ ਫਰਜ਼ਾਂ ਦਾ ਪਤਾ ਹੋਣਾ ਚਾਹੀਦਾ ਇਹ ਦੋਵਾਂ ਦੇ ਵਿੱਚੋਂ ਜਿਹੜਾ ਲੋਕ ਰਾਜ 'ਤੇ ਕਬਜ਼ਾ ਕਰ ਜਾਂਦਾ ਸੱਤਾ ਦੇ ਵਿੱਚ ਆਇਆ ਬੰਦਾ ਉਹ ਠਿੱਬੀ ਮਾਰ ਜਾਂਦਾ ਠਿੱਬੀ ਮਾਰਦਾ ਆਪਾਂ ਤੁਸੀਂ ਰੱਬ 'ਤੇ ਐਂਡ 'ਤੇ ਆਪਾਂ ਗੱਲ ਕਰਦੇ ਹਾਂ ਰੱਬ 'ਤੇ ਰੱਬ ਬੰਦੇ ਲਈ ਜਾਂ ਮਤਲਬ ਰੱਬ ਨੇ ਬੰਦਾ ਬਣਾਇਆ ਬੰਦੇ ਨੇ ਰੱਬ ਦੇਖੋ ਮੇਰਾ ਵਿਗਿਆਨ ਤਾਂ ਇਹ ਕਹਿੰਦਾ ਫਲਸਫਾ ਇਹ ਕਹਿੰਦਾ ਕਿ ਬੰਦੇ ਨੇ ਰੱਬ ਦਾ ਕਨਸੈਪਟ ਪੈਦਾ ਕੀਤਾ ਠੀਕ ਹੈ ਨਾ ਅੱਲਾ ਦਾ ਕਨਸੈਪਟ ਅਰਬ ਵਾਲਾ ਨੇ ਕੀਤਾ ਯਹੋਵਾ ਦਾ
ਮੂਸਾ ਦਾ ਗੋਡ ਦਾ ਕਨਸੈਪਟ ਯਹੂਦੀਆਂ ਨੇ ਅਤੇ ਆਪਣੇ ਈਸਾਈਆਂ ਨੇ ਕੀਤਾ, ਠੀਕ ਆ। ਵਾਹਿਗੁਰੂ ਦਾ ਕਨਸੈਪਟ ਆਪਾਂ ਕੀਤਾ ਸਿੱਖਾਂ ਨੇ, ਬੰਦੇ ਨੇ ਕੀਤਾ। ਜੋ ਵੀ ਸ਼ਬਦਾਵਲੀ ਆ ਬੰਦੇ ਦੀ ਭਾਸ਼ਾ 'ਚ, ਭਾਵਾਂ ਜਿੰਨਾ ਮਰਜ਼ੀ ਕਹੀ ਜਾਓ। ਜਿਵੇਂ ਕਈ ਵਾਰੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਕਹਿੰਦੇ ਵੀ ਦੇਹ ਭਾਸ਼ਾ, ਜਿਵੇਂ ਸੰਸਕ੍ਰਿਤ ਨੂੰ ਅਸੀਂ ਦੇਹ ਭਾਸ਼ਾ ਬਣਾਤੀ। ਬੰਦਾ 5000 ਨਹੀਂ ਬੋਲਣ ਵਾਲਾ, ਕਿਤੇ ਲਾਗੂ ਨਹੀਂ ਹੋਈ। ਪਿਛਲੇ 1000 ਸਾਲ 'ਚ ਰਾਜ ਪੱਧਰ 'ਚ ਬਾਹਰ ਕੱਢਤੀ, ਹੁਣ ਮਰਨ ਕਿਨਾਰੇ ਆ। ਜੇ ਰੱਬ ਦੀ ਭਾਸ਼ਾ ਹੋਵੇ ਤਾਂ ਮਰੇ ਕਾਹਦੇ ਨਾਲ? ਰਾਜ ਦੀ ਭਾਸ਼ਾ ਜਿਉਂਦੀ ਹੁੰਦੀ ਆ, ਰੱਬ ਦੀ ਭਾਸ਼ਾ ਨਹੀਂ ਕੋਈ ਹੁੰਦੀ। ਅੰਗਰੇਜ਼ੀ ਰਾਜ ਦੀ ਭਾਸ਼ਾ ਦੁਨੀਆਂ 'ਚ ਕਿਤੇ ਪਹੁੰਚਾਤੀ ਕਿ ਨਹੀਂ? ਫਾਰਸੀ ਰਾਜ ਦੀ ਭਾਸ਼ਾ ਸੀ, ਸਾਰੇ ਏਸ਼ੀਆ ਚੱਲਦੀ ਸੀ ਕਿ ਨਹੀਂ? ਹੈਂ, ਲਾਤੀਨੀ ਰਾਜ ਦੀ ਭਾਸ਼ਾ ਸੀ, ਸਾਰੇ ਯੂਰਪ 'ਚ ਚੱਲਦੀ ਸੀ ਕਿ ਨਹੀਂ? ਮਤਲਬ ਬੰਦੇ ਦਾ ਬਣਾਇਆ ਰੱਬ, ਬੰਦੇ ਦਾ ਬਣਾਇਆ। ਕਲਪਨਾ ਬੰਦੇ ਦੀ ਹੈ, ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਇਹ ਵਿਗਿਆਨ ਨੇ ਖੋਜ ਕਰੀ ਜਾਣਾ। ਵਿਗਿਆਨ ਨੇ ਦੱਸ ਦੇਣਾ ਵੀ ਇਹ ਗੱਲਾਂ ਸੱਚ ਹੈ ਜਾਂ ਝੂਠ ਹੈ। ਅਤੇ ਫਿਰ ਜਿਵੇਂ ਕਈ ਕਹਿੰਦੇ ਵੀ ਜੇ ਕੁਛ ਹੈ ਹੀ ਨਹੀਂ ਤਾਂ ਫਿਰ ਚੱਲ ਕਿਵੇਂ ਰਿਹਾ ਸਾਰਾ ਸਿਸਟਮ? ਇਹ ਤਾਂ ਵਿਗਿਆਨਿਕ ਦੱਸ ਸਕਦੇ ਹਨ ਵੀ ਇਹ ਦੁਨੀਆਂ ਦਾ ਜਿਹੜਾ ਧਰਤੀ ਸੂਰਜ ਕਿਵੇਂ ਬਣੇ, ਕਿਵੇਂ ਟੁੱਟਣੇ, ਕਿਵੇਂ ਬਣਨਾ, ਕਿਹੜਾ ਸਿਸਟਮ ਹੈ, ਕਿਹੜੀਆਂ ਗੈਸਾਂ, ਤਰਲ ਹੈ, ਪਦਾਰਥ ਹੈ, ਸਾਰਾ ਕੁਛ ਇਹੀ ਹੈ ਨਾ। ਉਹੀ ਉਹੀ ਬਦਲੀ ਜਾਂਦੀਆਂ, ਕੋਈ ਚੀਜ਼ ਆਪਣੇ ਆਪ ਤਬਾਹ ਨਹੀਂ ਹੁੰਦੀ, ਰੂਹ ਬਦਲਦੀ ਆ। ਤਰਲ ਗੈਸ ਬਣ ਜਾਂਦਾ, ਠੀਕ ਹੈ, ਗੈਸ ਹੈ ਫਿਰ ਜੰਮ ਜਾਂਦੀ ਹੈ, ਪਾਣੀ ਬਣ ਜਾਂਦਾ, ਫਿਰ ਹਵਾ ਬਣ ਜਾਂਦਾ, ਫਿਰ ਮਿੱਟੀ 'ਚ ਆ ਜਾਂਦਾ, ਚੱਲੀ ਜਾਂਦਾ, ਗੇੜਾ ਚੱਲੀ ਜਾਂਦਾ, ਮਤਲਬ ਰੂਹ ਬਦਲ ਜਾਂਦੇ, ਚੀਜ਼ ਰਹਿੰਦੀ ਹੈ, ਚੀਜ਼ ਸੇਮ ਰਹਿਣੀ ਆ। ਇਹ ਵਿਗਿਆਨ ਦੀਆਂ ਖੋਜਾਂ, ਵਿਗਿਆਨ ਇਹਨੂੰ ਬੜੇ ਸੋਹਣੇ ਢੰਗ ਨਾਲ ਅਗਲੇ 100 ਸਾਲ 'ਚ ਸਾਰੀ ਗੱਲ ਸਿੱਧ ਕਰ ਦੂ, ਕਿਉਂਕਿ ਵਿਗਿਆਨ ਨੇ ਹੁਣ ਬਹੁਤ ਤਰੱਕੀ ਕਰ ਲਈ ਆ। ਠੀਕ ਹੈ, ਹਾਂ। ਹੁਣ ਕੋਈ ਬੰਦਾ ਧਾਰਮਿਕ ਬੰਦਾ ਖਾਸ ਤੌਰ 'ਤੇ ਵਿਗਿਆਨ ਦੀਆਂ ਚੀਜ਼ਾਂ ਨੂੰ ਝੁਠਲਾ ਨਹੀਂ ਸਕੂ, ਕਿਉਂਕਿ ਧਾਰਮਿਕ ਬੰਦਾ ਪੜ੍ਹਦਾ ਨਹੀਂ ਹੁੰਦਾ। ਪੁਜਾਰੀ ਨੇ ਕੀ ਪੜ੍ਹਨਾ ਹੁੰਦਾ? 5-7 ਬਾਣੀਆਂ ਪੜ੍ਹ ਲੂ ਵੱਧ ਤੋਂ ਵੱਧ, ਜਾਂ ਗੀਤਾ ਮੂੰਹ ਜਵਾਨੀ ਯਾਦ ਕਰ ਲੂ। ਇਸ ਤਰ੍ਹਾਂ ਦੂਜੇ ਧਰਮ ਦੇ ਪੁਜਾਰੀ ਆਪਦੀਆਂ ਕੁਛ ਗੱਲਾਂ ਮੂੰਹ ਜਵਾਨੀ ਯਾਦ ਕਰ ਲੈਂਦੇ, ਪਾਠ ਹੀ ਹੁੰਦਾ ਨਾ। ਪਰ ਵਿਗਿਆਨਕ ਸੋਚ ਥੋੜ੍ਹਾ ਰੱਖਦੇ ਆ ਉਹ, ਹਾਂ। ਪੁੰਨ ਪਾਪ ਦੀ ਭਾਸ਼ਾ ਦੀ ਗੱਲ ਕਰਦੇ ਆ ਉਹ, ਪੁੰਨ ਪਾਪ ਤੋਂ ਡਰਾਈ ਜਾਂਦੇ ਆ, ਵੀ ਭਾਈ ਇਹ ਪੁੰਨ ਹੈ ਪਾਪ ਹੈ, ਹੁੰਦਾ ਕੁਛ ਕੁਛ ਨਹੀਂ। ਹਾਂ, ਪਾਪ ਨੂੰ ਇਹ ਜ਼ਮੀਰ ਦਾ ਹੁੰਦਾ ਕਿ ਵੈਸੇ ਨਹੀਂ ਹੁੰਦਾ ਹੀ ਨਹੀਂ। ਹਾਂ, ਇਹਨਾਂ ਨੇ ਡਰਾਇਆ ਵੀ ਇਹ ਤੈਨੂੰ ਪਾਪ ਲੱਗੂਗਾ, ਤੈਨੂੰ ਪੁੰਨ ਲੱਗੂਗਾ, ਆਹ ਤੈਨੂੰ ਪੁੰਨ ਲੱਗੂਗਾ, ਤੈਨੂੰ ਪਾਪ ਲੱਗੂਗਾ, ਵੱਡਾ ਭੈ ਆ। ਰੱਬ ਦੇ ਨਾਲ ਜੋੜਤਾ ਨਾ, ਨਹੀਂ ਤਾਂ ਜੇ ਤੁਹਾਡਾ ਰਾਜ ਸਿਸਟਮ ਵਧੀਆ ਹੋ ਜੇ, ਹਾਂਜੀ, ਰਾਜਾ ਦਾ ਸਿਸਟਮ, ਤੇ ਕੋਈ ਕਿਸੇ ਪ੍ਰਕਾਰ ਦਾ ਕ੍ਰਾਈਮ ਹੋਵੇ ਹੀ ਨਾ, ਆਪੇ ਪਾਪ ਪੁੰਨ ਹਟ ਗਿਆ ਕਿ ਨਹੀਂ? ਪਾਪ ਪੁੰਨ ਕ੍ਰਾਈਮ ਹੈ, ਅਪਰਾਧ ਹੈ ਸੋਸਾਇਟੀ 'ਤੇ, ਤੁਸੀਂ ਮਾਈਨਸ ਕਰਤਾ, ਪਾਪ ਪੁੰਨ ਆਪਣੇ ਆਪ ਹੀ ਖਤਮ। ਜਿਹਨਾਂ ਦੇਸ਼ਾਂ ਦੇ ਵਿੱਚੋਂ ਇਹ ਘੱਟ ਗਿਆ, ਘੱਟ ਗਿਆ ਉੱਥੇ ਆਟੋਮੈਟਿਕ ਹੀ ਹੋ ਗਿਆ, ਹਟ ਗਿਆ। ਵੇਖੋ ਯੂਰਪ ਦੇ 2-3 ਦੇਸ਼ ਆ, ਉਹਨਾਂ 'ਚ ਕੋਈ ਕ੍ਰਾਈਮ ਹੁੰਦੇ ਨਹੀਂ, ਜੇਲ੍ਹ ਤੱਕ ਨਹੀਂ, ਜੇਲ੍ਹਾਂ ਵੀ ਖਤਮ ਕਰਨ, ਜੇਲ੍ਹਾਂ ਵੀ ਖਤਮ ਕਰਨ ਲੱਗੇ। ਜਿਹੜੇ ਯਾਰ 2-4 ਬੰਦੇ ਕ੍ਰਾਈਮ ਕਰ ਲਾ, ਤਾਂ ਕੀ ਅਸੀਂ 2 ਬੰਦਿਆਂ ਨੂੰ ਸਮਝਾ ਨਹੀਂ ਸਕਦੇ ਜਾਂ ਮੋਟੀਵੇਟ ਨਹੀਂ ਕਰ ਸਕਦੇ? ਆਪਾਂ ਜੇਲ੍ਹਾਂ ਭਰੀ ਜਾਂਦੇ ਹਾਂ, ਆਪਣੇ ਜੇਲ੍ਹਾਂ ਭਰੀ, ਜਿਹੜਾ ਵੀ ਸਿੱਟੋ ਅੰਦਰ, ਜੇਲ੍ਹਾਂ ਨਵੀਆਂ ਬਣਾ ਕੇ ਖੁਸ਼ੀਆਂ ਮਨਾ ਰਹੇ ਹਾਂ, ਖੁਸ਼ੀਆਂ ਮਨਾ ਰਹੇ ਹਾਂ, ਜੇਲ੍ਹ ਬੜੀ ਵੱਡੀ ਕਰਤੀ ਬਾਈ, ਹਾਂ, ਇਸ ਪੱਖੇ ਲਵਾ ਦਿਆਂਗੇ, ਦੂਜੇ ਕਹਿੰਦੇ ਅਸੀਂ ਸਾਰੇ ਲਵਾ ਦਿਆਂਗੇ, ਇੱਕ ਪੱਖੇ ਲਵਾਉਂਦਾ ਦੂਜਿਆਂ ਦਾ ਲਵਾ ਦਿਆਂਗੇ, ਹਾਂ, ਚੱਲੀ ਜਾਂਦਾ ਕੰਮ, ਚੱਲੀ ਜਾਂਦਾ। ਬਹੁਤ ਬਹੁਤ ਧੰਨਵਾਦ ਬਾਪੂ ਜੀ, ਜਾਉਂਦੇ ਰਹੋ ਚੜ੍ਹਦੀ ਕਲਾ, ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਬਹੁਤ ਅੱਛੇ, ਬਹੁਤ ਅੱਛੇ। ਤਾਂ ਗੱਲਬਾਤ ਕੀਤੀ ਬਾਪੂ ਬਲਕੌਰ ਜੀ ਨਾਲ, ਉਮੀਦ ਹੈ ਤੁਹਾਨੂੰ ਪਸੰਦ ਆਵੇਗੀ। ਹੋਰ ਪੋਡਕਾਸਟ ਦੇ ਲਈ ਦੇਖਦੇ ਰਹੋ ਲੋਕ ਵਾਇਟੀ।